ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਮੇਨ ਕੋਰਸ ਬੁੱਕ ਉਸ ਦਾ ਲੈਸਨ ਨੰਬਰ 3 ਸੀਕ੍ਰੀਟ ਆਫ ਹੈਪੀਨੈਸ ਉਸ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ ਟਰਾਂਸਲੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਤੇ ਪੈਨ ਲੈ ਲਓ ਇਹਦੇ ਵਿੱਚ ਕਾਫੀ ਸਾਰੇ ਸ਼ਬਦ ਅੰਗਰੇਜ਼ੀ ਦੇ ਨਵੇਂ ਆਣਗੇ ਜਿਨ੍ਹਾਂ ਦੇ ਅਰਥ ਮੈਂ ਤੁਹਾਨੂੰ ਦੱਸਾਂਗਾ ਤੇ ਉਹ ਨਾਲ ਦੇ ਨਾਲ ਤੁਸੀਂ ਪੰਜਾਬੀ ਵਿੱਚ ਆਪਣੀ ਨੋਟਬੁੱਕ ਵਿੱਚ ਲਿਖ ਲੈਣੇ ਨੇ ਲੈਸਨ ਕਿਉਂਕਿ ਲੰਬਾ ਹੈ ਥੋੜਾ ਤੇ ਵੀਡੀਓ ਕਿਤੇ ਲੰਬਾ ਨਾ ਹੋ ਜਾਏ ਇਸ ਕਰਕੇ ਇਹਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਸੋ ਸੀਕ੍ਰੇਟ ਆਫ ਹੈਪੀਨੈਸ ਪਾਰਟ 1 ਤੇ ਪਾਰਟ 2 ਵਿੱਚ ਅਸੀਂ ਇਹਦਾ ਬਾਕੀ ਜਿਹੜਾ ਬਚਾ ਹਿੱਸਾ ਹੈ ਉਹ ਕਰਾਂਗੇ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਮੈਂ ਪਿਆਰੇ ਵਿਦਿਆਰਥੀਓ ਦੱਸ ਦਵਾਂ ਕਿ ਇਸੀ ਚੈਨਲ ਦੇ ਉੱਤੇ ਛਟਸਾਲ ਦੇ ਉੱਤੇ 10ਵੀਂ ਜਮਾਤ ਦੇ ਨਾਲ ਸੰਬੰਧਿਤ ਤੁਹਾਡੀਆਂ ਘੱਟੋ-ਘੱਟ ਚਾਰ ਪਲੇਲਿਸਟਾਂ ਹੋ ਰਹੀਆਂ ਨੇ ਇੱਕ ਹੈਗੀ 10th ਸਾਇੰਸ ਜਿਸ ਤੋਂ ਨਹੀਂ ਸਾਇੰਸ ਦੇ ਨੋਟਸ ਕਿ ਐਕਸਰਸਾਈਜ਼ ਹੱਲ ਕਰਕੇ ਪਾਈਆਂ ਗਈਆਂ ਦੂਜੀ 10th ਮੈਥ ਜਿਹਦੇ ਵਿੱਚ ਮੈਥ ਦੇ ਸਵਾਲ ਸਾਰੇ ਹੱਲ ਕਰਕੇ ਪਾਏ ਗਏ ਨੇ ਤੀਜੀ ਇਹ 10th ਮੈਥ ਨੋਟਸ ਜਿਹਦੇ ਵਿੱਚ ਮੈਥ ਦੇ ਸਿਧਾਂਤਾਂ ਨੂੰ ਜਿਹੜਾ ਚੈਪਟਰ ਦੇ ਅੰਦਰ ਜ਼ਰੂਰੀ ਗੱਲਾਂ ਨੇ ਉਹਨਾਂ ਨੂੰ ਦੱਸਿਆ ਗਿਆ ਤੇ ਚੌਥੀ ਕੀ 10th ਮੈਥ ਐਕਸਟਰਾ ਕੁਐਸਚਨਸ ਜਿਹਦੇ ਵਿੱਚ ਟ੍ਰਿਗਨੋਮੈਟਰੀ ਕੁਆਡਰੈਟਿਕ ਇਕੁਏਸ਼ਨਸ ਤੇ ਟ੍ਰਾਇੰਗਲਸ ਨਾਲ ਜੁੜੇ ਹੋਏ ਐਕਸਟਰਾ ਜਿਹੜੇ ਕੁਐਸਚਨ ਕਿਤਾਬ ਤੋਂ ਬਾਰੇ ਉਹ ਕੀਤੇ ਗਏ ਨੇ ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ ਸੋ ਸ਼ੁਰੂ ਕਰੀਏ ਸੋ ਲੈਸਨ ਦੀ ਸ਼ੁਰੂਆਤ ਵਿੱਚ ਇੱਕ ਛੋਟੀ ਜਿਹੀ ਬ੍ਰੀਫ ਇੰਟਰੋਡਕਸ਼ਨ ਹੈ NVPL ਜੋ ਕਿ ਲਿਖਾਰੀ ਦਾ ਨਾਮ ਹੈਗਾ ਨਾਰਮਨ ਵਿਨਸੈਟ ਪੀਲ ਇਜ਼ ਐਨ ਆਥਰ ਉਹ ਇੱਕ ਲਿਖਾਰੀ ਹੈ ਵਿਦ ਅ ਪੋਜ਼ਿਟਿਵ ਮੈਸੇਜ ਇਨ ਲਾਈਫ ਜ਼ਿੰਦਗੀ ਵਿੱਚ ਇੱਕ ਹਾਂ ਪਖੀ ਸੁਨੇਹੇ ਦੇ ਨਾਲ ਅਰਥਾਤ ਉਹ ਪ੍ਰੇਰਣਾਦਾਇਕ ਗੱਲਾਂ ਦੇ ਬਾਰੇ ਕਿਤਾਬਾਂ ਲਿਖਦਾ ਹੈ ਹੀ ਹੈਜ਼ ਰਿਟਨ severl books ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਇਨ ਐਨ ਅਟੈਂਪਟ ਇਸ ਕੋਸ਼ਿਸ਼ ਵਿੱਚ ਇਸ ਯਤਨ ਵਿੱਚ टू टीच पीपल द आर्ट ऑफ लिविंग आर्ट माने कला लिविंग माने ਜੀਉਣਾ आर्ट ऑफ लिविंग माने ਜੀਉਣ ਦੀ ਕਲਾ ਅਰਥਾਤ ਜੀਉਣ ਦੀ ਕਲਾ ਬਾਰੇ ਲੋਕਾਂ ਨੂੰ ਪੜ੍ਹਾਉਣ ਦੇ ਯਤਨ ਵਿੱਚ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਦੀ ਪ੍ਰੈਜ਼ੈਂਟ ਐਕਸਟ੍ਰੈਕਟ ਐਕਸਟ੍ਰੈਕਟ ਹੁੰਦਾ ਹੈ ਕਿਸੇ ਚੀਜ਼ ਵਿੱਚੋਂ ਲਿਆ ਗਿਆ ਕੁਝ ਹਿੱਸਾ ਅਰਥਾਤ ਇਹ ਜੋ ਅੰਸ਼ ਹੈ ਜੋ ਲੇਖ ਦੇ ਰੂਪ ਵਿੱਚ ਹੈ ਤੁਹਾਡੇ ਸਾਹਮਣੇ ਜੋਸੀਂ ਕਰਨ ਜਾ ਰਹੇ ਹਾਂ ਇਹ ਹੱਥਲਾ ਜਿਹੜਾ ਅੰਸ਼ ਹੈ ਹੈਜ਼ ਬੀਨ ਕਲਡ ਉਹ ਜੋ ਛਾਂਟਿਆ ਗਿਆ ਹੈ ਉਹ ਜੋ ਲਿਆ ਗਿਆ ਹੈ ਕਿ ਤੋਂ ਫਰੋਮ ਹਿਸ ਬੁੱਕ ਉਹਦੀ ਕਿਤਾਬ ਵਿੱਚੋਂ ਦੀ ਨਿਊ ਆਰਟ ਆਫ ਲੀਵਿੰਗ ਅਰਥਾਤ ਜੀਵਨ ਦੀ ਨਵਾਂ ਜੀਵਨ ਦੀ ਨਵੀਂ ਕਲਾ ਨਾਮਕ ਜਿਹੜੀ ਕਿਤਾਬ ਹੈ ਉਹਦੀ ਉਹਦੇ ਵਿੱਚੋਂ ਇਹ ਮੌਜੂਦਾ ਹਿੱਸਾ ਲਿਆ ਗਿਆ ਹੈ ਜੋ ਤੁਹਾਡਾ ਲੈਸਨ ਹੈ ਸੋ ਲੈਸਨ ਇਹਦਾ ਸ਼ੁਰੂ ਹੁੰਦਾ ਹੈ ਜਿਹੜਾ ਸਬਟਾਈਟਲ ਇਸ ਤਰ੍ਹਾਂ ਹੈਗਾ ਸੈਲਫ ਰੀਅਲਾਈਜ਼ੇਸ਼ਨ ਸੈਲਫ ਰੀਅਲਾਈਜ਼ੇਸ਼ਨ ਹੁੰਦਾ ਹੈ ਆਤਮਿਕ ਬੋਧ ਆਪਣੇ ਆਪ ਦਾ ਗਿਆਨ ਆਪਣੇ ਆਪ ਦੀ ਸਮਝ ਸੋ ਆਪਣੇ ਆਪੇ ਦੀ ਸਮਝ ਦਾ ਡਾਇਨਾਮਿਕਸ ਦਾ ਗਤੀ ਵਿਗਿਆਨ ਕੀ ਹੈ ਠੀਕ ਹੈ ਕਹਿੰਦੇ ਦੀ ਗ੍ਰੇਟੈਸਟ ਡੇ ਸਭ ਤੋਂ ਮਹਾਨ ਦਿਨ ਸਭ ਤੋਂ ਵੱਡਾ ਦਿਨ ਇਨ ਐਨੀ ਇੰਡੀਵਿਜੂਅਲਸ ਲਾਈਫ ਕਿਸੇ ਵੀ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਇੰਡੀਵਿਜੂਅਲ ਬਨੇ ਸ਼ਖਸ ਇਹ ਪੋਸਟ੍ਰੋਫੀ ਆ ਗਈ ਹੈ ਐਸ ਇਹਦਾ ਲੱਗ ਜਾਏ ਤੇ ਨਾਲ ਦਾ ਦੇ ਦੀ ਇੰਡੀਵਿਜੂਅਲਸ ਲਾਈਫ ਸ਼ਖਸ ਦੀ ਜ਼ਿੰਦਗੀ ਦੀ ਗ੍ਰੇਟੈਸਟ ਡੇ ਇਨ ਐਨੀ ਇੰਡੀਵਿਜੂਅਲ ਲਾਈਫ ਇੰਡੀਵਿਜੂਅਲਸ ਲਾਈਫ ਕਿਸੇ ਵੀ ਸ਼ਖਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦਿਨ ਮਹਾਨ ਦਿਨ ਹੁੰਦਾ ਹੈ ਵੈਨ ਹੀ ਬਿਗਿਨਸ ਜਦੋਂ ਉਹ ਸ਼ੁਰੂ ਕਰਦਾ ਹੈ ਆਰੰਭ ਕਰਦਾ ਹੈ ਫਾਰ ਦੀ ਫਰਸਟ ਟਾਈਮ ਸਭ ਤੋਂ ਪਹਿਲੀ ਵਾਰਾਂ ਟੂ ਰਿਅਲਾਈਜ਼ ਹਿਮਸੈਲਫ ਆਪਣੇ ਆਪ ਦੀ ਪਛਾਣ ਸ਼ੁਰੂ ਕਰਦਾ ਹੈ ਅਰਥਾਤ ਆਪਣੇ ਆਪ ਨੂੰ ਪੁੱਛਦਾ ਮੈਂ ਕੀ ਕਰ ਰਿਹਾ ਹਾਂ ਮੈਂ ਕਿੱਥੇ ਜਾ ਰਿਹਾ ਹਾਂ ਮੇਰੀ ਜ਼ਿੰਦਗੀ ਕਿਸ ਪਾਸੇ ਜਾ ਰਹੀ ਹੈ ਤੇ ਮੈਂ ਹਾਲ ਤੱਕ ਕੀ ਪ੍ਰਾਪਤ ਕੀਤਾ ਮੈਂ ਕੀ ਪ੍ਰਾਪਤ ਕਰਨਾ ਜੋਨਾ ਜਦੋਂ ਇਦਾਂ ਦੀ ਉਹ ਸੋਚ ਸੋਚਦਾ ਹੈ ਤੇ ਸੋਝੋ ਕੀ ਉਹ ਦਿਨ ਮਹਾਨ ਹੈ ਗੁਰਬਾਣੀ ਵੀ ਸਾਨੂੰ ਇਸ ਬਾਰੇ ਸੁਚੇਤ ਕਰਦੀ ਹੈ ਗੁਰੂ ਨਾਨਕ ਪਾਸ਼ਾ ਕਹਿੰਦਿਆਂ ਰੈਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਕੋਡੀ ਬਦਲੇ ਜਾਏ ਅਰਥਾਤ ਰਾਤ ਸੌਂ ਕੇ ਗਵਾਤੀ ਦਿਨ ਖਾਪੀ ਕੇ ਗਵਾਤਾ ਤੇ ਮਨੁੱਖਾ ਜਨਮ ਜੋ ਹੀਰੇ ਦੇ ਵਰਗਾ ਅਮੋਲਕ ਸਿਵਾ ਉਹ ਕੋਡੀਆਂ ਦੇ ਭਾ ਰੁਲ ਗਿਆ ਸੋ ਅਸੀਂ ਵੀ ਵਿਦਿਆਰਥੀ ਆਪਣੀ ਜ਼ਿੰਦਗੀ ਸਿਰਫ ਖਾਣ ਪੀਣ ਸੌਣ ਤੱਕ ਮਹਿਫੂਜ਼ ਨਹੀਂ ਰੱਖਣੀ ਅਸੀਂ ਰੱਖਣਾ ਕਿ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਤੇ ਇਹਦਾ ਵੱਧ ਤੋਂ ਵੱਧ ਲਾਹਾ ਕਿਵੇਂ ਲਿਆ ਜਾ ਸਕਦਾ ਹੈ ਸੋ ਕਹਿੰਦੇ ਉਹ ਦਿਨ ਸਭ ਤੋਂ ਮਹਾਨ ਹੁੰਦਾ ਹੈ ਜਦੋਂ ਮਨੁੱਖ ਆਪਣੇ ਆਪ ਦੀ ਪਛਾਣ ਕਰਨੀ ਸ਼ੁਰੂ ਕਰਦਾ ਹੈ ਇਟ ਹੈਪਨ ਟੂ ਅ ਕਾਲਜ ਸਟੂਡੈਂਟ ਫਰੈਂਡ ਆਫ ਮਾਈਂ ਕਹਿੰਦੇ ਇਹ ਜਿਹੜੀ ਗੱਲ ਸੀ ਮੇਰੇ ਇੱਕ ਕਾਲਜ ਦੇ ਵਿਦਿਆਰਥੀ ਦੋਸਤ ਦੇ ਨਾਲ ਵਾਪਰੀ ਇਟ ਹੈਪਨ ਉਹਨੂੰ ਵੀ ਇਦਾਂ ਇਹ ਜਿਹੜਾ greatest day ਦਾ ਮੌਕਾ ਮੇਰੇ ਇੱਕ ਮਿੱਤਰ ਦੋਸਤ ਜਿਹੜਾ ਮੇਰਾ ਦੋਸਤ ਸੀਵਾ ਵਿਦਿਆਰਥੀ ਦੋਸਤ ਕਾਲਜ ਦਾ ਉਹਦੇ ਨਾਲ ਹੋਇਆ ਵਾਂਸ ਵਿਦ ਡਰਾਮੈਟਿਕ ਸਡਨੈਸ ਇੱਕ ਵਾਰੀ ਡਰਾਮੈਟਿਕ ਹੁੰਦੀ ਨਾਟਕੀ ਢੰਗ ਦੇ ਨਾਲ ਸਡਨੈਸ ਹੁੰਦਾ ਚਾਣਚੱਕ ਵਾਲੀ ਸਥਿਤੀ ਅਰਥਾਤ ਇਹ ਜਿਹੜੀ ਚੀਜ਼ ਅਚਾਨਕ ਇੱਕੋਦਮ ਅਚੰਬਤ ਕਰਨ ਵਾਲੀ ਨਾਟਕੀ ਢੰਗ ਦੇ ਨਾਲ ਚਾਣਚੱਕ ਉਹਦੇ ਨਾਲ ਹੋਈ ਕਹਿੰਦੇ ਉਹ ਹੀ ਵਾਸ ਐਸ ਅਨਸਕਸੈਸਫੁਲ ਇਨ ਹਿਸ ਸਟੱਡੀਜ਼ as he was efficient upon the athletic field ਹੁ ਦੇਖੋ ਇਹ ਕੰਪੈਰੀਜ਼ਨ ਹੈਗਾ ਹੀ ਵਾਸ ਐਸ ਮਤਲਬ ਕਿ ਜਿੰਨਾ ਉਹ ਅਨਸਕਸੈਸਫੁਲ ਨਾਕਾਮਯਾਬ ਮਤਲਬ ਕਿ ਫੇਲਰ ਸੀਗਾ ਇਨ ਸਟੱਡੀਜ਼ ਅਰਥਾਤ ਜਿੰਨਾ ਉਹ ਆਪਣੀ ਪੜ੍ਹਾਈ ਵਿੱਚ ਫਸੜੀ ਸੀ ਪਿੱਛੇ ਸੀ ਪਿਛਾਂ ਸੀ ਐਸ ਹੀ ਵਾਸ ਐਫੀਸ਼ੀਐਂਟ ਐਫੀਸ਼ੀਐਂਟ ਮੈਨੇ ਕਾਬਲ ਸੀ ਲਾਇਕ ਸੀ ਮਾਰ ਸੀ ਨਿਪੁੰਨ ਸੀ ਅਸਰਦਾਰਕ ਸੀ ਕਿੱਥੇ ਅਪੋਨ ਦੀ ਐਥਲੈਟਿਕ ਫੀਲਡ ਐਥਲੀਟ ਹੁੰਦੇ ਨੇ ਖਿਡਾਰੀ ਐਥਲੈਟਿਕ ਮੈਨੇ ਖੜਾੜੀਆਂ ਨਾਲ ਜੁੜਿਆ ਹੋਇਆ ਵਿਸ਼ੇਸ਼ਣ ਹੋ ਗਿਆ ਐਡਜੈਕਟਿਵ ਹੋ ਗਿਆ ਫੀਲਡ ਮੈਨੇ ਖੇਤ ਜਾਂ ਮੈਦਾਨ ਸੋ ਐਥਲੈਟਿਕ ਫੀਲਡ ਦਾ ਮਤਲਬ ਹੋ ਗਿਆ ਖੇਡ ਦਾ ਮੈਦਾਨ ਅਰਥਾਤ ਜਿੰਨਾ ਉਹ ਖੇਡ ਦੇ ਮੈਦਾਨ ਵਿੱਚ ਮਾਹਰ ਸੀ ਉੰਨਾ ਹੀ ਉਹ ਪੜਾਈ ਵਿੱਚ ਪਿੱਛੇ ਸੀ ਮਤਲਬ ਕਿ ਦੋ ਸਿਰੇ ਸੀਗੇ ਠੀਕ ਹੈ ਸੋ ਇਹਦਾ ਇਦੋਂ ਇਦਾਂ ਕਿਹਾ ਹੀ ਵਾਸ ਐਸ ਅਨਸਕਸੈਸਫੁਲ ਜਿੰਨਾ ਜੇ ਗੱਬਿਓ ਲੈ ਲਈਏ ਜੇ ਜਿੰਨੇ ਨੰਬਰ ਉਹਦੇ ਖੇਡਾਂ 'ਚ ਜ਼ਿਆਦਾ ਸੀ ਉੰਨੇ ਹੀ ਉਹਦੇ ਪੜਾਈ ਵਿੱਚ ਘੱਟ ਸੀਗੇ ਕਹਿੰਦੇ ਡੈਸਟੀਨੀ ਡੈਸਟੀਨੀ ਦਾ ਮਤਲਬ ਹੁੰਦਾ ਕਿਸਮਤ ਹਾਊਐਵਰ ਪਰ ਹੈਜ਼ ਇਟਸ ਓਨ ਸਟ੍ਰੇਂਜ ਵੇਸ ਕਿਸਮਤ ਦੇ ਪਰ ਪਰ ਕਿਸਮਤ ਦੇ ਆਪਣੇ ਅਨੋਖੇ ਟੰਗ ਹਨ ਵਨ ਡੇ ਇੱਕ ਦਿਨ ਇਨ ਅ ਕਲਾਸ ਆਫ ਸਾਈਕੋਲੋਜੀ ਸਾਈਕੋਲੋਜੀ ਬੱਚਿਓ ਵਿਗਿਆਨ ਦੀ ਇੱਕ ਸ਼ਾਖਾ ਹੈਗੀ ਹੈ ਜਿਵੇਂ ਫਿਜ਼ਿਕਸ ਹੁੰਦਾ ਹੈ ਭੌਤਿਕ ਗਿਆਨ ਕੈਮਿਸਟਰੀ ਹੁੰਦਾ ਹੈ ਰਸਾਇਣ ਗਿਆਨ ਕਾਰਡੀਓਲੋਜੀ ਹੁੰਦਾ ਹੈ ਹਿਰਦੇ ਰੋਗਾਂ ਦਾ ਗਿਆਨ ਆਫਥੈਲਮੋਲੋਜੀ ਹੁੰਦਾ ਅੱਖਾਂ ਦੇ ਰੋਗਾਂ ਦਾ ਗਿਆਨ ਡਰਮੈਟੋਲੋਜੀ ਹੁੰਦਾ ਹੈ ਚਮੜੀ ਦੇ ਰੋਗਾਂ ਦਾ ਗਿਆਨ ਸੋ ਸਾਈਕੋਲੋਜੀ ਹੁੰਦੀ ਹੈ ਮਨ ਮਨ ਦਾ ਗਿਆਨ ਮਨ ਨੂੰ ਮੈਨੂੰ ਕਹਿੰਦੇ ਮਨੋਵਿਗਿਆਨ ਠੀਕ ਹੈ ਸੋ ਵਨ ਡੇ ਇਨ ਅ ਕਲਾਸ ਆਫ ਸਾਈਕੋਲੋਜੀ ਪੀ ਸਾਈਲੈਂਟ ਹੈਗਾ ਪੀ ਨਹੀਂ ਬੋਲਣਾ ਪਰ ਪੀ ਜੇ ਸਪੈਲਿੰਗ ਵਿੱਚ ਆਏਗਾ ਪਰ ਬੋਲਣ ਵਿੱਚ ਨਹੀਂ ਆਏਗਾ ਸਾਈਕੋਲੋਜੀ ਸੀ ਐਚ ਨੂੰ ਕੱਕਾ ਕਰਕੇ ਬੋਲਣਾ ਹੈ ਸੋ ਸਾਈਕੋਲੋਜੀ ਪੀ ਸਾਈਲੈਂਟ ਹੈਗਾ ਠੀਕ ਹੈ ਸੋ ਵਨ ਡੇ ਇਨ ਅ ਕਲਾਸ ਆਫ ਸਾਈਕੋਲੋਜੀ ਅਰਥਾਤ ਮਨੋ ਇੱਕ ਦਿਨ ਮਨੋਵਿਗਿਆਨ ਦੀ ਜਮਾਤ ਵਿੱਚ ਕਿ ਮਨੋਵਿਗਿਆਨ ਪੜਾਇਆ ਜਾ ਰਿਹਾ ਸੀ ਕਲਾਸ 'ਚ ਬੈਠੇ ਸੀ ਅਸੀਂ ਸਾਰੇ आवर ਸਟੂਡੈਂਟ ਫਰੈਂਡ ਉਹ ਸਾਡਾ ਜਿਹੜਾ ਮਿੱਤਰ ਵਿਦਿਆਰਥੀ ਸੀ ਜਦੀ ਗੱਲ ਕੀਤੀ ਹੈ ਪਹਿਲੇ ਸਡਨਲੀ ਅਚਾਨਕ ਚਾਨਚਕ ਬੀਕਮਡ ਇਨਥਰਾਲਡ ਬੀਕਮਡ ਇਨਥਰਾਲਡ ਮਨੇ ਹੈਰਾਨੀ ਪਰ ਹੀ ਖੁਸ਼ੀ ਨਾਲ ਭਰ ਗਿਆ ਮਤਲਬ ਕੀ ਇਨਥਰਾਲਡ ਹੁੰਦਾ ਹੈ ਖੁਸ਼ੀ ਤੇ ਹੈਰਾਨੀ ਦੇ ਨਾਲ ਪਰ ਜਾਣਾ ਜਾਂ ਅਸੀਂ ਕਹਿ ਸਕਦੇ ਹਾਂ ਹਰਾਨੀ ਅਤੇ ਖੁਸ਼ੀ ਦੇ ਰਲਵੇਂ ਭਾਵ ਬੀਕਮ ਇਨ ਥਰਡ ਅਰਥਾਤ ਮਨ ਲਕੀ ਉਹ ਖੁਸ਼ੀ ਭਰੀ ਇਹ ਖੁਸ਼ੀ ਵਾਲੀ ਹੈਰਾਨੀ ਨਾਲ ਭਰ ਗਿਆ ਐਸ ਦੀ ਪ੍ਰੋਫੈਸਰ ਡਿਸਕ੍ਰਾਈਬਡ ਜਦੋਂ ਪ੍ਰੋਫੈਸਰ ਨੇ ਇਸ ਗੱਲ ਨੂੰ ਸਮਝਾਇਆ ਵੇਰਵਾ ਦਿੱਤਾ ਡਿਸਕ੍ਰਾਈਬ ਕੀਤਾ ਕਿ ਹਾਉ ਦੀ ਐਵਰੇਜ ਮੈਨ ਫੀਲਸ ਕਿਕ ਆਮ ਆਦਮੀ ਕਾਮਯਾਬ ਹੋਣੋਂ ਕਿਉਂ ਰਹਿ ਜਾਂਦਾ ਹੈ ਕਿਵੇਂ ਰਹਿ ਜਾਂਦਾ ਹੈ ਫੀਲਸ ਕਿਵੇਂ ਨਾਕਾਮਜਾਬ ਹੁੰਦਾ ਹੈ because ਕਿਉਂਕਿ he does not learn ਕਿਉਂਕਿ ਉਹ ਸਧਾਰਨ ਆਦਮੀ ਇਹ ਗੱਲ ਨਹੀਂ ਸਿੱਖਦਾ ਕੀ ਨਹੀਂ ਸਿੱਖਦਾ ਟੂ ਕੰਟਰੋਲ ਐਂਡ ਕੰਸੋਲੀਡੇਟ ਹਿਸ ਪਾਵਰਸ ਕੰਟਰੋਲ ਨੂੰ ਕਾਬੂ ਕਰਨਾ ਕੰਸੋਲੀਡੇਟ ਹੁੰਦਾ ਹੈ ਜਥੇਬੰਦ ਕਰਨਾ ਇੱਕ ਥਾਂ ਤੇ ਇਕੱਠੇ ਕਰਨਾ ਹਿਸ ਪਾਵਰਸ ਆਪਣੀ ਤਾਕਤਾਂ ਨੂੰ ਉਹ ਕਹਿੰਦੇ ਪ੍ਰੋਫੈਸਰ ਨੇ ਜਦ ਇਹ ਗੱਲ ਨੂੰ ਬੜੇ ਵਿਸਥਾਰ ਦੇ ਨਾਲ ਸਮਝਾਇਆ ਕਿ ਸਧਾਰਨ ਆਦਮੀ ਇਸ ਕਰਕੇ ਫੇਲ ਹੋ ਜਾਂਦਾ ਹੈ ਕਿਉਂਕਿ ਉਹ ਆਪਣੀਆਂ ਤਾਕਤਾਂ ਨੂੰ ਕਾਬੂ ਕਰਨਾ ਅਤੇ ਇਕੱਤਰਿਤ ਕਰਨਾ ਜਥੇਬੰਦ ਕਰਨਾ ਨਹੀਂ ਸਿੱਖਦਾ ਹੀ ਯੂਜ਼ਡ ਦੀ ਫੈਮਿਲੀਅਰ ਇਲਸਟ੍ਰੇਸ਼ਨ ਹੀ ਯੂਜ਼ਡ ਉਹਨੇ ਵਰਤੀ ਕਿੰਨੇ ਵਰਤੀ ਪ੍ਰੋਫੈਸਰ ਨੇ ਵਰਤੀ ਇਹ ਗੱਲ ਸਮਝਾਣ ਲਈ ਦੀ ਫੈਮਿਲੀਅਰ ਆਮ ਜਾਣੀ ਜਾਂਦੀ ਜਾਂ ਜੇ ਤੋਂ ਸਾਰੇ ਜਾਣੂ ਹਨ ਇਲਸਟ੍ਰੇਸ਼ਨ ਮਿਸਾਲ ਉਦਾਹਰਣ ਐਗਜ਼ਾਮਪਲ ਇਲਸਟ੍ਰੇਸ਼ਨ ਦਾ ਮਤਲਬ ਹੁੰਦਾ ਆਫ ਦੀ ਬਰਨਿੰਗ 글ਾਸ ਬਰਨਿੰਗ 글ਾਸ ਹੁੰਦਾ ਮੈਗਨੀਫਾਈਂਗ 글ਾਸ ਜਿਹਨੂੰ ਤੁਸੀਂ ਕਹਿੰਦੇ ਉਤਲ ਲੈਂਸ ਤੁਸੀਂ ਆਪਣੀ 10ਵੀਂ ਦੀ ਵਿਗਿਆਨ ਦੀ ਕਿਤਾਬ ਚ ਪੜੋਗੇ ਜਿਹੜਾ ਪ੍ਰਕਾਸ਼ ਜਾਂ ਰੋਸ਼ਨੀ ਵਾਲਾ ਚੈਪਟਰ ਆਏਗਾ ਲਾਈਟ ਦਾ ਉਹចਦੇ ਕਨਵੈਕਸ ਲੈਂਸ ਇਹਨੂੰ ਮੈਗਨੀਫਾਈਇੰਗ ਲੈਂਸ ਵੀ ਕਹਿ ਦਿੰਦੇ ਆ ਤੁਸੀਂ ਦੇਖਣਾ ਬੱਚਿਓ ਸਟੇਸ਼ਨਰੀ ਦੁਕਾਨ ਤੇ ਛੋਟੇ ਲੈਂਸ ਮਿਲ ਜਾਂਦੇ ਨੇ ਹੈਂਡਲ ਵਾਲੇ 10 ਰੁਪਏ ਦਾ 20 ਰੁਪਏ ਦਾ ਮਿਲ ਜਾਂਦਾ ਹੈ ਸਾਈਜ਼ ਦੇ ਮੁਤਾਬਿਕ ਠੀਕ ਹੈ ਉਹਦੇ ਨਾਲ ਤੁਸੀਂ ਬਰੀਕ ਅੱਖਰ ਇਦਾਂ ਜੇ ਤੁਸੀਂ ਕਾਗਜ਼ ਦੇ ਉੱਤੇ ਰੱਖੋ ਤੇ ਲੈਂਸ ਨੂੰ ਉੱਤੇ ਥੱਲੇ ਕਰੋ ਉਹ ਅੱਖਰ ਤੁਹਾਨੂੰ ਵੱਡੇ ਨਜ਼ਰ ਆਉਂਦੇ ਨੇ ਮੈਗਨੀਫਾਈ ਅੱਖਰਾਂ ਨੂੰ ਵੱਡਾ ਕਰ ਦਿੰਦੇ ਨੇ ਉਹਨੂੰ ਕਹਿੰਦੇ ਆ ਉਤਲ ਲੈਂਸ ਜਾਂ ਕਨਵੈਕਸ ਲੈਂਸ ਇਹ ਚ ਇੱਕ ਹੋਰ ਖੂਬੀ ਹੁੰਦੀ ਹੈ ਕਿ ਇਹ ਜਿਹੜੀਆਂ ਇਹ ਕਿਰਨਾਂ ਨੂੰ ਫੋਕਸ ਕਰ ਦਿੰਦਾ ਹੈ ਤੇ ਉਹਦੀ ਗੱਲ ਅਗੀ ਇਹਨੂੰ ਇਸ ਕਰਕੇ ਬਰਨਿੰਗ ਗਲਾਸ ਵੀ ਇਸੀ ਕਰਕੇ ਕਿਹਾ ਜਾਂਦਾ ਹੈ ਕਹਿੰਦੇ ਉਹ ਪ੍ਰੋਫੈਸਰ ਨੇ ਉਸ ਕਨਵੈਕਸ ਲੈਂਸ ਦੀ ਬਰਨਿੰਗ ਗਲਾਸ ਦੀ ਪੁੱਤ ਲੈਂਸ ਦੀ ਮਿਸਾਲ ਦੇ ਨਾਲ ਇਹ ਗੱਲ ਸਮਝਾਈ ਦੀ ਰੇਜ਼ ਆਫ ਦੀ ਸਨ ਸਨ ਮੈਨੇ ਸੂਰਜ ਰੇਜ਼ ਮੈਨੇ ਕਰਨਾ ਅਰਥਾਤ ਸੂਰਜ ਦੀਆਂ ਕਿਰਨਾਂ ਫਾਲਿੰਗ ਅਪਨ ਅ ਪੀਸ ਆਫ ਪੇਪਰ ਜਿਹੜੀਆਂ ਕਿ ਇੱਕ ਕਾਗਜ਼ ਦੇ ਟੁਕੜੇ ਤੇ ਡਿੱਗਦੀਆਂ ਹੋਣ ਹੈਵ ਲਿਟਲ ਇਫੈਕਟ ਕੋਈ ਬਹੁਤਾ ਅਸਰ ਨਹੀਂ ਕਰਦੀਆਂ ਤੁਸੀਂ ਬੱਚੋ ਜੇ 88 ਦੀ ਗਰਮੀ ਹੋਵੇ ਜੂਨ ਦਾ ਮਹੀਨਾ ਹੋਵੇ ਮਈ ਦਾ ਮਹੀਨਾ ਹੋਵੇ ਤੇ ਤਾਪਮਾਨ 45 ਡਿਗਰੀ 46 ਡਿਗਰੀ ਵੀ ਪਹੁੰਚਿਆ ਹੋਵੇ ਤੁਸੀਂ ਆਪਣੇ ਛੱਤ ਤੇ ਕੋਠੇ ਤੇ ਛੱਤ ਤੇ ਬਾਹਰ ਬਰਾਂਡੇ ਚ ਬਲਕੋਨੀ ਚ ਕਿਤੇ ਵੀ ਤੁਸੀਂ ਜਿੱਥੇ ਧੁੱਪ ਸਿੱਧੀ ਪੈ ਰਹੀ ਹੋਵੇ 1.5 2 ਵਜੇ ਜਿਹਨੇ ਸਿਖਰਲੀ ਧੁੱਪ ਹੁੰਦੀ ਹੈ ਤੁਸੀਂ ਕਾਗਜ਼ ਦਾ ਟੋਟਾ ਬਾਹਰ ਰੱਖ ਦਿਓ ਉਹ ਕਾਗਜ਼ ਦਾ ਟੋਟਾ ਹੋ ਸਕਦਾ ਥੋੜਾ ਗਰਮ ਤੇ ਹੋ ਜਾਏਗਾ ਪਰ ਉਹਨੂੰ ਅੱਗ ਨਹੀਂ ਲੱਗੇਗਾ ਉਹਦਾ ਕੁਝ ਵਿਗੜੇਗਾ ਨਹੀਂ ਸੋ ਇਸ ਕਰਕੇ ਕਹਿੰਦੇ ਜਦੋਂ ਕਾਗਜ਼ ਦੇ ਟੁਕੜੇ ਤੇ ਕਿਰਨਾਂ ਡਿਗਰੀਆਂ ਹੁੰਦੀਆਂ ਤੇ ਹੈਵ ਲिटल ਇਫੈਕਟ ਹੈਵ ਲिटल ਇਫੈਕਟ ਕੋਈ ਬਹੁਤਾ ਅਸਰ ਨਹੀਂ ਕਰਦੀਆਂ ਪਰ ਲੈਟ them ਪਰ ਉਹ ਕਿਰਨਾਂ ਨੂੰ ਹਾਊਐਵਰ ਪਰ ਹਾਊਐਵਰ ਪਰ ਲੈਟ them ਐਨ ਉਹਨਾਂ ਨੂੰ ਆਲੈਨ ਦੋ ਬੀ ਡਰਾਉਣ ਬਾਈ ਦੀ ਬਰਨਿੰਗ ਗਲਾਸ ਟੂ ਫੋਕਸ ਟੂ ਅ ਫੋਕਸ ਫੋਕਸ ਹੁੰਦਾ ਕਿਰਨ ਬਿੰਦੂ ਜਾਂ ਕੇਂਦਰ ਹਨਾ ਕਹਿੰਦੇ ਪਰ ਉਹਨਾਂ ਕਿਰਨਾਂ ਨੂੰ ਤੁਸੀਂ ਜਿਹੜਾ ਉਹ ਮੈਗਨੀਫਾਈਂਗ ਲਾ ਗਲਾਸ ਹੈ ਉਹਨੂੰ ਉਹਨਾਂ ਕਿਰਨਾਂ ਨੂੰ ਕੇਂਦਰ ਬਿੰਦੂ ਤੇ ਇਕੱਠੀਆਂ ਕਰ ਲੈਣ ਦਿਓ ਅਰਥਾਤ ਉਸ ਕਾਗਜ਼ ਦੇ ਉੱਪਰ ਤੁਸੀਂ ਲੈਂਸ ਲਾਇਓ ਤੇ ਲੈਂਸ ਦੇ ਉੱਪਰ ਪਿੱਛੇ ਤੁਹਾਡੇ ਪਿੱਛੇ ਪਿੱਛੇ ਸੂਰਜ ਹੈਗਾ ਉੱਪਰ ਸੂਰਜ ਤੇ ਸੂਰਜ ਦੀਆਂ ਕਿਰਨਾਂ ਨੂੰ ਤੁਸੀਂ ਉਸ ਉਤਲ ਲੈਂਸ ਦੇ ਰਾਹੀਂ ਜਾਣ ਦਿਓ ਤੇ ਫਿਰ ਉਹਨਾਂ ਨੂੰ ਕਾਗਜ਼ ਤੇ ਡਿਗਨ ਦਿਓ ਤੇ ਲੈਂਸ ਨੂੰ ਤੁਸੀਂ ਉੱਤੇ ਥੱਲੇ ਕਰੋਗੇ ਤੇ ਕੀ ਹੋਏਗਾ ਉਹ ਸੂਰਜ ਦਾ ਸੰਦਾ ਇਮੇਜ ਬਣ ਜਾਏਗਾ ਉਹ ਜਿਹੜੀ ਉਹ ਇੱਕ ਬਿਲਕੁਲ ਬ੍ਰਾਈਟ ਜਿਹਦਾ ਬਲਬ ਲਿਸ਼ਕਦਾ ਚਮਕਦਾ ਛੋਟਾ ਜਿਹਾ ਸੂਰਜ ਜਿਹੜਾ ਹੈ ਉਹਦਾ ਇਮੇਜ ਉਹਦਾ ਪ੍ਰਤਿਬਿੰਬ ਉਹਦਾ ਅਕਸ ਕਾਗਜ਼ ਉੱਤੇ ਬਣ ਜਾਏਗਾ ਉਹਨੂੰ ਕਹਿੰਦੇ ਆ ਫੋਕਸ ਕੇਂਦਰ ਬਿੰਦੂ ਥੂ ਫੋਕਸ ਐਂਡ ਦੇ ਕ੍ਰੀਏਟ ਐਨ ਇੰਟੈਂਸ ਹੀਟ ਉਹ ਫਿਰ ਕੀ ਕਰੇਗਾ ਉਹਦੀ ਕਿਰਨਾਂ ਨੇ ਕੇਂਦ੍ਰਿਤ ਹੋ ਕੇ ਬਹੁਤ ਤੀਬਰ ਬਹੁਤ ਤਿੱਖੀ ਗਰਮੈਸ਼ ਪੈਦਾ ਕਰਨਗੀਆਂ ਵਿਚ ਵਿਲ ਕੁਇਕਲੀ ਛੇਤੀ ਹੀ ਜੋਗੀ ਛੇਤੀ ਹੀ ਬਰਨ ਹੋਲ ਇਨ ਦਾ ਪੇਪਰ ਉਸ ਪੇਪਰ ਦੇ ਵਿੱਚ ਉਸ ਕਾਗਜ਼ ਦੇ ਵਿੱਚ ਸਾੜ ਕੇ ਛੇਕ ਕਰ ਦੇਣਗੀਆਂ ਹੁਣ ਹੋਇਆ ਕੀ ਬੱਚੋ ਕੋਈ ਅਗਨੀ ਵਾਲੀ ਕੋਈ ਬਾਲਣ ਨਹੀਂ ਵਾਲਿਆ ਕੋਈ ਕੋਲਾ ਕੋਈ ਲੱਕੜ ਕੋਈ ਪਾਠੀ ਨਹੀਂ ਵਾਲੀ ਕੋਈ ਗੈਸ ਨਹੀਂ ਲਈ ਉਹੀ ਸੂਰਜ ਹੈ ਬਸ ਕੀ ਕੀਤਾ ਪਹਿਲੇ ਸੂਰਜ ਦੀ ਕਿਰਨਾਂ ਠੰਡੀਆਂ ਹੋਈਆਂ ਸੀਗੀਆਂ ਹੁਣ ਸੂਰਜ ਦੀ ਕਿਰਨਾਂ ਨੂੰ ਅਸੀਂ ਉਸ ਲੈਂਸ ਦੇ ਰਾਹੀਂ ਕੇਂਦਰ ਬਿੰਦੂ ਤੇ ਕੇਂਦ੍ਰਿਤ ਕਿਰਨ ਬਿੰਦੂ ਤੇ ਕੇਂਦ੍ਰਿਤ ਕਰ ਦਿੱਤਾ ਅਰਥਾਤ ਜਿਹੜੀ ਤਾਕਤ ਖਿੰਡੀ ਹੋਈ ਸੀ ਉਹ ਇੱਕ ਥਾਂ ਤੇ ਇਕੱਠੀ ਹੋ ਗਈ ਬੱਚੋ ਇਹ ਹੀ کہانی ਸਾਡੇ ਰੋਜ਼ ਦੀ ਜ਼ਿੰਦਗੀ ਦੀ ਹੈ ਮੈਂ ਦੇਖਦਾ ਬੰਦੇ ਕੀ ਕੰਮ ਕਰਦੇ ਨੇ ਇੱਧਰ ਵੀ ਦੇਖੀ ਜਾਣਗੇ ਉੱਧਰ ਗੱਲਾਂ ਵੀ ਕਰੀ ਜਾਣਗੇ ਤੇ ਕਈ ਵਾਰ ਜਿੱਥੇ ਥੋੜੀ ਮਾਰਨੀ ਹੁੰਦੀ ਉੱਥੇ ਨਹੀਂ ਲੱਗਦੀ ਉਹ ਕੱਲੇ ਤੇ ਨਹੀਂ ਲੱਗਦੀ ਆਪਣੀ ਉਂਗਲ ਤੇ ਲੱਗ ਜਾਂਦੀ ਹੈ ਐਕਸੀਡੈਂਟ ਕਿੱਦੀ ਹੁੰਦੇ ਨੇ ਬੀਬੀ ਆਰ ਸੋਈ ਚ ਕੰਮ ਕਰਦੀਆਂ ਨਾਲ ਕੋਈ ਯੂਟਿਊਬ ਦੇਖੀ ਜਾਣਗੀ ਆ ਨਾਲ ਕੋਈ ਕੰਮ ਕਰੀ ਜਾਣਗੀ ਆ ਨਾਲ ਗੱਲਾਂ ਕਰੀ ਜਾਣਗੀ ਆ ਨਾਲ ਇੱਧਰ ਦੀ ਗੱਲ ਨਾਲ ਉੱਧਰ ਦੀ ਗੱਲ ਤੇ ਗਰਮ ਭਾਂਡੇ ਰਾਹੀਂ ਆਪਣੇ ਹੱਥ ਸਾੜ ਲੈਣਗੇ ਜਾਂ ਕੋਈ ਹੋਰ ਕੁਚਾਜ ਹੋ ਜਾਏਗਾ ਇਸੇ ਤਰ੍ਹਾਂ ਸਟੂਡੈਂਟ ਕੀ ਕਰਦੇ ਨੇ ਉਹ ਨਾਲ ਮਿਊਜ਼ਿਕ ਲਗਾਏਗਾ ਨਾਲ ਟੀਵੀ ਲਗਾਏਗਾ ਨਾਲ ਰੋਲਾ ਪੈ ਰਿਹਾ ਹੋਏਗਾ ਨਾਲ ਇੱਧਰ ਗੱਲ ਨਾਲ ਉੱਧਰ ਦੇ ਨਾਲ ਪੜ੍ਹਾਈ 'ਵਲ ਧਿਆਨ ਉੱਪਰ ਆ ਜਾ ਹੁੰਦਾ ਸੋ ਬੱਚਿਓ ਗੱਲ ਚਾਹੇ ਪੜ੍ਹਾਈ ਦੀ ਏ ਚਾਹੇ ਨੌਕਰੀ ਦੀ ਏ ਚਾਹੇ ਵਪਾਰ ਦੀ ਏ ਚਾਹੇ ਖੇਤੀ ਦੀ ਏ ਚਾਹੇ ਰਸੋਈ ਦੇ ਕੰਮ ਦੀ ਕੋਈ ਵੀ ਕੰਮ ਹੋਵੇ ਅਸੀਂ ਕੰਮ ਨੂੰ ਧਿਆਨ ਦੇ ਨਾਲ ਨਹੀਂ ਕਰਦੇ ਬੱਧਾ ਚੱਟੀ ਕਰਦੇ ਹਾਂ ਜਦੋਂ ਅਸੀਂ ਜਿਦਾਂ ਗੁਰੂਪੰਥ ਸਾਹਿਬ ਨੇ ਵੀ ਗੁਰਬਾਣੀ 'ਚ ਬੜਾ ਸੋਹਣਾ ਸਮਝਾਇਆ ਕਹਿੰਦੇ ਬੱਧਾ ਚੱਟੀ ਜੇ ਭਰੇ ਨਾ ਗੁਣ ਨਾਮ ਉਪਕਾਰ ਜਿਹੜਾ ਬੰਦਾ ਕੰਮ ਕੋਈ ਬੱਧਾ ਚੱਟੀ ਕਰਦਾ ਵੀ ਮਨ ਮਾਰ ਕੇ ਕਰਦਾ ਵੀ ਉਹਦਾ ਉਹਦੀ ਰੂਹ ਇਸ ਕੰਮ ਵਿੱਚ ਨਹੀਂ ਹੈ ਇਹਨੂੰ ਕਰਨਾ ਪੈ ਰਿਹਾ ਮਜਬੂਰੀ ਵਾਸ ਕਰਦਾ ਹੈ ਤੇ ਉਹ ਕੰਮ ਕਦੀ ਵੀ ਸਿਰੇ ਨਹੀਂ ਛੜਦਾ ਤੇ ਨਾ ਹੀ ਕਿਸੇ ਦਾ ਇਹਨਾਂ ਭਲਾ ਹੁੰਦਾ ਨਾ ਗੁਣ ਨਾ ਉਪਕਾਰ ਨਾ ਕੰਮ ਦੇ ਵਿੱਚ ਕੋਈ ਗੁਣ ਪ੍ਰਗਟ ਹੁੰਦਾ ਹੈ ਤੇ ਨਾ ਹੀ ਕਿਸੇ ਦਾ ਭਲਾ ਹੁੰਦਾ ਪਰ ਕਹਿੰਦੇ ਸੇਤੀ ਖੁਸ਼ੀ ਸਵਾਰੀ ਹੈ ਖੁਸ਼ੀ ਦੇ ਨਾਲ ਕੰਮ ਕੀਤਾ ਜਾਵੇ ਚਾਹ ਦੇ ਨਾਲ ਕੰਮ ਕੀਤਾ ਜਾਵੇ ਹੁਣ ਦੇਖੋ ਜਿਲੇ ਭਾਂਡੇ ਬੱਧਰੁਦੀ ਮਾਝਾ ਆਂਦੇ ਨੇ ਜੋ ਸਬਨ ਵੀ ਲੱਗਾ ਰਹਾ ਜਾਂਦਾ ਕੋਈ ਸਰਫੀ ਲੱਗਾ ਰਹਾ ਜਾਂਦਾ ਕੋਈ ਜੂਠ ਵੀ ਲੱਗੀ ਰਹਿ ਜਾਂਦੀ ਹੈ ਪਰ ਜੇ ਮੰਨ ਕੇ ਚੱਲਿਆ ਜਾਏ ਕਿ ਇਹ ਮੈਂ ਸੇਵਾ ਕਰਨੀ ਹੈ ਇਹ ਕੰਮ ਮੈਂ ਕਰਨਾ ਹੈ ਤੋ ਭਾਂਡੇ ਤੇ ਲਿਸ਼ਕ ਕੇ ਚੁੰਕ ਦਿੰਨੇ ਝਾੜੂ ਪੋਚੇ ਦਾ ਵੀ ਇਦਾਂ ਹੀ ਹੈ ਜੇ ਅਸੀਂ ਗਾਲਾਂ ਕੱਢਦੇ ਹੋਏ ਬੜਬੜ ਕਰਦੇ ਝਾੜੂ ਪੋਚਾ ਲਾਈਏ ਤੋ ਕੰਮ ਚੱਜਦਾ ਨਹੀਂ ਹੁੰਦਾ ਪਰ ਜੇ ਸੋਚੀਏ ਕਿ ਇਹ ਮੇਰਾ ਫਰਜ਼ ਬੰਦਾ ਹੈ ਕਿ ਮੈਂ ਝਾੜੂ ਪੋਚਾ ਲਾਣਾ ਹੈ ਮੈਂ ਕੰਮ ਕਰਨਾ ਹੈ ਮੈਂ ਨੌਕਰੀ ਇਮਾਨਦਾਰੀ ਨਾਲ ਕਰਨੀ ਹੈ ਤੇ ਕੰਮ ਬੜਾ ਵਧੀਆ ਹੁੰਦਾ ਸੋ ਗੱਲ ਸਾਰੀ ਉਹਦੀ ਹੈ ਕਿ ਧਿਆਨ ਜਿਹੜਾ ਹੈ ਉਹ ਕੰਮ ਵਿੱਚ ਕਿੰਨਾ ਲੰਨੇ ਹਾਂ ਸੋ ਇੱਥੇ ਵੀ ਲਿਖਾਰੀ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਜਿਹੜੀਆਂ એનਰਜੀਜ਼ ਨੇ ਤਾਕਤ ਨੇ ਸਾਡਾ ਧਿਆਨ ਖੰਡਿਆ ਰਹਿੰਦਾ ਤੇ ਜਿੰਨਾ ਧਿਆਨ ਕੰਮ 'ਚ ਲੱਗਣਾ ਚਾਹੀ ਕਿ ਉਹਦੇ ਕਰਕੇ ਪ੍ਰਾਪਤੀ ਨਹੀਂ ਹੁੰਦੀ ਤੇ ਪ੍ਰਾਪਤੀ ਨਹੀਂ ਹੁੰਦੀ ਤੇ ਫਿਰ ਸਾਡੀ ਝੋਲੀ ਵਿੱਚ ਕਾਮਯਾਬੀ ਵੀ ਨਹੀਂ ਆਉਂਦੀ। ਫਿਰ ਕਹਿੰਦੇ ਦੀ ਪ੍ਰੋਫੈਸਰ ਪੁਆਇੰਟਡ ਆਊਟ ਪ੍ਰੋਫੈਸਰ ਨੇ ਫਿਰ ਪੁਆਇੰਟ ਆਊਟ ਕੀਤਾ ਅਰਥਾਤ ਉਸ ਪਾਸੇ ਵੱਲ ਧਿਆਨ ਦਵਾਇਆ। ਪੁਆਇੰਟਡ ਆਊਟ ਹੁੰਦਾ ਧਿਆਨ ਦੇਣਾ। ਇਹ ਦੇਖੋ ਵੀ ਉਂਗਲ ਇੱਥੇ ਪਾਸੇ ਕੀਤੀ ਉਸ ਪਾਸੇ ਵੱਲ ਧਿਆਨ ਦਿੱਤਾ। ਕੇ ਥੈਟ ਦੀ ਮੈਨ ਹੂ ਸਕਸੀਡਸ ਇਜ਼ ਦਾ ਵਨ। ਕਹਿੰਦੇ ਆਦਮੀ ਉਹ ਕਾਮਯਾਬ ਹੁੰਦਾ ਹੈ ਜਿਹੜਾ ਹੂ can draw the dissipated dissipated ਹੁੰਦਾ ਖਿੰਡਾਣਾ ਖਿਲਾਰਨਾ ਡਿਸਪੀਡੇਟ ਖਿਲਰੀ ਹੋਈ ਖਿੰਡੀ ਹੋਈ ਐਂਡ ਧੇਰਫੋਰ ਫਿਊਟਾਈਲ ਤੇ ਇਸ ਕਰਕੇ ਜਿਹੜੀ ਖਿੰਡੀ ਹੋਈ ਹੈ ਉਹ ਬੇਕਾਰ ਹੋ ਗਈ ਉਹ ਕਿਸੇ ਉਹ ਕਿਸੇ ਲੇਖੇ 'ਚ ਨਹੀਂ ਆਈ ਉਹਨੇ ਕੁਝ ਕੰਮ ਸਵਾਰਿਆ ਨਹੀਂ ਪਾਵਰਸ ਟੂ ਅ ਫੋਕਸ ਉਹ ਖਿੰਡੀਆਂ ਹੋਈਆਂ ਖਿਲਰੀਆਂ ਹੋਈਆਂ ਤੇ ਬੇਕਾਰ ਜਾਂਦੀਆਂ ਤਾਕਤਾਂ ਨੂੰ ਜਿਹੜਾ ਕਿਰਨ ਬਿੰਦੂ ਤੇ ਲੈ ਆਵੇ ਜੋ ਆਪਣੇ ਮਨ ਦੇ ਜਿਹੜੇ ਤਰੰਗਾਂ ਨੇ ਇਧਰ ਉਧਰ ਜਾ ਰੀਆਂ ਨੇ ਪੂਰਾ ਧਿਆਨ ਆਪਣੀ ਨੋਟਬੁੱਕ ਵਿੱਚ ਪੂਰਾ ਧਿਆਨ ਆਪਣੀ ਕਿਤਾਬ ਵਿੱਚ ਲਾ ਦੇਵੇ ਤੇ ਇਹ ਨਾ ਸੋਚੇ ਮੇਰੇ ਆਣ-ਬਾਣ ਕੀ ਹੋ ਰਿਹਾ ਹੈ ਮੇਰੇ ਦੋਸਤ ਕੀ ਕਰ ਰਹੇ ਹੋਣਗੇ ਮੇਰੀ ਸਹੇਲੀ ਕੀ ਕਰ ਰਹੀ ਹੋਏਗੀ ਜਾਂ ਮੇਰਾ ਜਾਂ ਥੱਲੇ ਮੇਰਾ ਭਰਾ ਕੀ ਕਰ ਰਿਹਾ ਹੈ ਭੈਣ ਕੀ ਕਰ ਰਹੀ ਹੈ ਮੰਮੀ ਕੀ ਬਣਾ ਰਹੀ ਹੈ ਮੈਂ ਇਹ ਖਾਣਾ ਉਸ ਪਾਸੇ ਧਿਆਨ ਨਾ ਦੇਵੇ ਪੂਰੀ ਤਿਆਰੀ ਕਰਕੇ ਪੂਰਾ ਧਿਆਨ ਬਿਲਕੁਲ ਪੜ੍ਹਾਈਆ ਲੋਵੇ ਤੇ ਫਿਰ ਕਾਮਯਾਬੀ ਬਦੋ ਬਦੀ ਝੋਲੀ ਵਿੱਚ ਆ ਜਾਂਦੀ ਹੈ ਕਹਿੰਦੇ ਦੀ ਮੈਨ ਹੂ ਸਕਸੀਡਸ ਇਜ਼ ਦਾ ਵਨ ਹੂ ਕੈਨ ਡਰਾ ਦੀ ਡਿਸਿਪੇਟਿਡ ਐਂਡ ਧਰਫੋਰ ਫਿਟਾਈਲ ਖੇਲਰੀਆਂ ਹੋਈਆਂ ਅਤੇ ਇਸ ਤਰ੍ਹਾਂ ਵਿਕਾਰ ਜਾਂਦੀਆਂ ਤਾਕਤਾਂ ਨੂੰ ਕਿਰਣ ਬਿੰਦੂ ਤੇ ਲੈ ਆਵੇ ਠੀਕ ਹੈ ਅਵਰ ਸਟੂਡੈਂਟ ਉਹ ਸਾਡਾ ਜਿਹੜਾ ਵਿਦਿਆਰਥੀ ਸੀ ਜੇਦੀ ਗੱਲ ਹੋ ਰਹੀ ਏ ਸੈਡ ਉਹਨੇ ਕਿਹਾ ਦੈਟ ਇਨ ਅ ਫਲੈਸ਼ਿੰਗ ਇਲੂਮੀਨੇਸ਼ਨ ਇਲੂਮੀਨੇਸ਼ਨ ਉਹਦਾ ਚਾਨਣ ਫਲੈਸ਼ਿੰਗ ਹੁੰਦਾ ਜਿੱਦਾਂ ਬਿਜਲੀ ਦਾ ਲਿਸ਼ਕ ਹੁੰਦਾ ਥੋੜੀ ਦੇਰ ਦਾ ਕਹਿੰਦੇ ਥੋੜੀ ਦੇਰ ਦਾ ਉਹਨੂੰ ਜਿੱਦਾਂ ਇਲਹਾਮ ਜਿਹਾ ਹੋਇਆ ਉਹਨੂੰ ਗਿਆਨ ਹੋ ਗਿਆ ਜਿੱਦਾਂ ਜਿੱਦਾਂ ਮਨ ਦਾ ਹਨੇਰਾ ਦੂਰ ਹੋ ਗਿਆ ਤੇ ਪ੍ਰੋਫੈਸਰ ਦੀ ਇਹ ਗੱਲ ਸੁਣ ਕੇ ਉਹਦੀ ਇਹ ਮਿਸਾਲ ਸਮਝ ਕੇ ਉਹਨੂੰ ਅਚਾਨਕ ਬਿਲਕੁਲ ਥੋੜੇ ਸਮੇਂ ਲਈ ਥੋੜੀ ਦੇਰ ਵਿੱਚ 19 ਦੇਰ ਵਿੱਚ ਇੱਕ ਚਾਨਣਾ ਜਿਹਾ ਹੋ ਗਿਆ ਐਂਡ ਹੀ ਸੋ ਦੀ ਕੌਜ਼ ਆਫ ਹਿਸ ਓਨ ਫੇਲਿਅਰ ਤੇ ਉਹਨੂੰ ਆਪਣੀ ਨਾਕਾਮਯਾਬੀ ਦਾ ਕਾਰਨ ਦਿਸ ਪਿਆ ਕੌਜ਼ ਮੈਨੇ ਕਾਰਨ ਸੋ ਮੈਨੇ ਦੇਖ ਲਿਆ ਉਹਨੂੰ ਪਤਾ ਲੱਗਿਆ ਕਿ ਵੀ ਮੈਂ ਪੜਾਈ ਪਿੱਛੇ ਕਿਉਂ ਰਹਿ ਰਿਹਾ ਐਂਡ ਆਬਲੀਵੀਅਸ ਆਬਲੀਵੀਅਸ ਹੁੰਦਾ ਵਿੱਚ ਬੇਖਬਰ ਬੇਧਿਆਨ ਤੇ ਉਹ ਫਿਰ ਨਾ ਉਹਤੇ ਹੀ ਨਾ ਅਸਰ ਹੋਇਆ ਕਿ ਉਹ ਇਸ ਗੱਲ ਤੋਂ ਆਬਲੀਵੀਅਸ ਹੋ ਗਿਆ ਇਸ ਗੱਲ ਤੋਂ ਬੇਖਬਰ ਹੋ ਗਿਆ ਕਿ ਮੇਰੀ ਜਮਾਤ ਵਿੱਚ ਹੋਰ ਬੰਦੇ ਵੀ ਬੈਠੇ ਹੋਏ ਨੇ ਕਿ ਮੈਂ ਇੰਨਾ ਜਿਆਦਾ ਉਤਾਵਲਾ ਨਾ ਹੋਵਾਂ ਮੈਂ ਇੰਨਾ ਜਿਆਦਾ ਉਤੇਜਿਤ ਨਾ ਹੋਵਾਂ ਪਰ ਉਥੇ ਇੰਨਾ ਵਧੀਆ ਅਸਰ ਹੋਇਆ ਆ ਬਲੀਵੀਅਸ ਆਫ 올 ਇਨ ਦਾ ਰੂਮ ਤੇ ਕਮਰੇ ਚ ਬੈਠੇ ਸਾਰਿਆਂ ਤੋਂ ਬੇਖਬਰ ਐਂਡ ਅੰਡਰ ਦੀ ਸਪੈਲ ਸਪੈਲ ਹੁੰਦਾ ਜਾਦੂ ਉਥੇ ਐਸਾ ਅਸਰ ਹੋਇਆ ਕਿ ਜਿਦਾ ਕਿਸੇ ਨੇ ਉਹਨੂੰ ਮੰਤਰਮੁਗਧ ਕਰ ਦਿੱਤਾ ਹੋਵੇ ਉਥੇ ਜਾਦੂ ਕਰ ਦਿੱਤਾ ਹੋਵੇ ਅੰਡਰ ਦੀ ਸਪੈਲ ਆਫ ਅ ਵੈਰੀ ਟੇਬਲ ਨਿਊ ਬਰਥ ਵੈਰੀ ਟੇਬਲ ਮੈਨੇ ਅਸਲੀ ਐਕਚੁਅਲ ਨਿਊ ਬਰਥ ਉਹ ਨਵਾਂ ਜਨਮਿਆ ਰੂਪ ਜਿਹੜਾ ਸੀ ਉਹਦਾ ਅਸਲੀ ਨਵਾਂ ਜਨਮੇ ਰੂਪ ਦੇ ਜਾਦੂ ਹੇਠ ਲੀਵਡ ਟੂ ਹਿਸ ਫੀਟ ਲੀਵਡ ਮਨੇ ਉੱਲਰ ਕੇ ਕਦਮ ਆਪਣੇ ਪੈਰਾਂ ਤੇ ਖੜਾ ਹੋ ਗਿਆ ਕਲਾਸ ਵਿੱਚ ਬੈਠਾ ਸੀ ਚਾਨਣਾ ਹੋਇਆ ਭੁੱਲ ਗਿਆ ਕਿ ਕਲਾਸ ਫੋਰ ਬੰਦੇ ਹੀ ਬੈਠਣਗੇ ਮੈਂ ਤੇ ਹੱਸਣਗੇ ਉਹਦਾ ਜਿਹੜਾ ਇੱਕ ਨਵਾਂ ਰੂਪ ਜਨਮਿਆ ਵੈਰੀਟੇਬਲ ਨਿਊ ਬਰਥ ਉਹਦੇ ਅਸਰ ਹੇਠ ਉਹ ਖੜਾ ਹੋਇਆ ਤੇ ਚੀਕਾਂ ਮਾਰਨ ਲੱਗਿਆ ਕ੍ਰਾਈਮਲੀ ਵਿੱਚ ਵਿੱਚ ਬੋਲਣ ਲੱਗਾ ਆਈ ਸੀ ਇਟ ਆਈ ਸੀ ਇਟ ਕਹਿੰਦਾ ਮੈਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਇਹਦਾ ਬੋਲਣ ਲੱਗਾ ਇਦਾਂ ਅਰਥਾਤ ਉਹਨੂੰ ਕੀ ਪਤਾ ਲੱਗ ਗਿਆ ਕਿ ਮੈਂ ਨਾ ਕਾਮਯਾਬ ਕਿਉਂ ਹੋ ਰਿਹਾ ਕਾਮਯਾਬੀ ਮੇਰੇ ਪੱਲੇ ਕਿਉਂ ਨਹੀਂ ਪੈ ਰਹੀ ਮੈਂ ਪੜ੍ਹਾਈ ਪਿੱਛੇ ਕੋ ਜਾ ਰਿਹਾ ਤੇ ਖੇਡਾਂ ਵਿੱਚ ਅੱਗੇ ਕੋ ਜਾ ਰਿਹਾ ਫਿਰ ਅੱਗੇ ਲਿਖਾਰੀ ਕਹਿੰਦੇ ਵਾਟ ਹੈਡ ਹੈਪਨਡ ਹੋਇਆ ਕੀ ਸੀ ਇਸਨ ਵਿੱਚ ਮੈਂ ਦੱਸਦਾ ਕਹਿੰਦੇ ਹੋਇਆ ਇਹ ਸੀ ਕਿ ਹੀ ਹੈਡ ਮੀਟ ਹਿਮਸੈਲਫ ਉਹ ਵਿਦਿਆਰਥੀ ਨਾਲ ਆਪਣੇ ਆਪ ਨਾਲ ਮੇਲ ਹੋ ਗਿਆ ਸੀ ਜਿਦਾ ਗੁਰੂ ਸਾਹਿਬ ਕਹਿੰਦੇ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਏ ਮੇਰੇ ਮਨ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਪਰਮ ਜੋਤ ਦੀ ਅੰਸ਼ ਹੈ ਤੇ ਉਹ ਪਰਮਾਤਮਾ ਕੀ ਸਰਬ ਕਲਾ ਭਰਪੂਰ ਹੈ ਸਰਬ ਕਲਾ ਸਮਰੱਥ ਹੈ ਜੇ ਪਰਮਾਤਮਾ ਸਰਬ ਕਲਾ ਸਮਰੱਥ ਹੈ ਸਰਬ ਕਲਾ ਭਰਪੂਰ ਹੈ ਨਿਰਭਉ ਹੈ ਨਿਰਵੈਰ ਹੈ ਇਹਦਾ ਮਤਲਬ ਤੂੰ ਵੀ ਨਿਰਭਉ ਤੇ ਨਿਰਵੈਰ ਬਣ ਸਕਦਾ ਹੈ ਤੂੰ ਵੀ ਆਪਣੇ ਅੰਦਰ ਬਹੁਤ ਸਾਰੀਆਂ ਕਲਾਵਾਂ ਨੂੰ ਸਮਰੱਥਾਵਾਂ ਨੂੰ ਉਜਾਗਰ ਕਰ ਸਕਦਾ ਹੈ ਬਸ਼ਰਤੇ ਜੇ ਤੂੰ ਆਪਣੇ ਮੂਲ ਨੂੰ ਪਛਾਣ ਲਵੇ ਸੋ ਕਹਿੰਦੇ ਹੀ ਹੈਡ ਮੈਟ ਹਿਮਸੈਲਫ ਉਹਨੇ ਆਪਣੇ ਆਪ ਨਾਲ ਮੇਲ ਕਰ ਲਿਆ ਸੀ ਅ ਨਿਊ ਸੈਲਫ ਉਹਦਾ ਨਵਾਂ ਰੂਪ ਆਪਣਾ ਰੂਪ ਹਿਸ ਰੀਅਲ ਸੈਲਫ ਉਹ ਜਿਹੜਾ ਉਹਦਾ ਅਸਲ ਰੂਪ ਸੀ ਠੀਕ ਹੈ ਨਾ ਕਹਿੰਦੇ ਵਿੱਚ ਹੀ ਨੇਵਰ ਬਿਫੋਰ ਹੈਡ ਸੀ ਜੋ ਉਹਨੇ ਰੂਪ ਆਪਣਾ ਅਸਲ ਰੂਪ ਪਹਿਲਾਂ ਕਦੀ ਨਹੀਂ ਵੇਖਿਆ ਸੀ ਐਂਡ ਦੀ ਰਿਵਿਲੇਸ਼ਨ ਰਿਵਿਲੇਸ਼ਨ ਹੁੰਦਾ ਹੈ ਗਿਆਨ ਜਿਹੜੀ ਚੀ ਟਕਿਉ ਸੀ ਅਚਾਨਕ ਨੰਗੀ ਹੋ ਜਾਵੇ ਤੇ ਬਾਹਰ ਪਤਾ ਲੱਗ ਜਾਵੇ ਸੋ ਜਿਹੜਾ ਉਹਨੂੰ ਇਹ ਗਿਆਨ ਹੋਇਆ ਸੀਗਾ ਚੇਂਜਡ ਹਿਮ ਉਹਨੂੰ ਬਦਲ ਦਿੱਤਾ ਫਰੋਮ ਅ ਫੇਲਰ ਇੱਕ ਫੇਲੀਅਰ ਤੋਂ ਇੱਕ ਨਾਕਾਮਯਾਬੀ ਤੋਂ ਟੂ ਆਫ ਪੋਟੈਂਸ਼ੀਅਲ ਸਕਸੈਸ ਇੱਕ ਬੜੇ ਅਸਰਦਾਰ ਕਾਮਯਾਬੀ ਦੇ ਰੂਪ ਵਿੱਚ ਨੂੰ ਬਦਲ ਦਿੱਤਾ ਦੀ ਪੋਸੀਬਿਲਟੀਜ਼ ਆਫ ਵਿਚ ਜਿਹੜੀਆਂ ਜੇਸ ਗਲਤੀਆਂ ਸੰਭਾਵਨਾਵਾਂ ਜਿਹੜੀਆਂ ਸੀਗੀਆਂ ਆਫ ਵਿਚ ਵਰ ਲੇਟਰ ਐਬੰਡੈਂਟਲੀ ਰੀਅਲਾਈਜ਼ਡ ਇਥੇ ਰੀਅਲਾਈਜ਼ ਦਾ ਮਤਲਬ ਹੈ ਲਾਹਾ ਲਿਆ ਗਿਆ ਉਹਦਾ ਫਾਇਦਾ ਚੁੱਕਾ ਗਿਆ ਐਬੰਡੈਂਟਲੀ ਮਨੇ ਰਜ ਕੇ ਭਰਪੂਰਤਾ ਦੇ ਨਾਲ ਅਰਥਾਤ ਫੇਲੀਅਰ ਤੋਂ ਪੋਟੈਂਸ਼ੀਅਲ ਸਕਸੈਸ ਵਾਲੇ ਪਾਸੇ ਉਹ ਚ ਬਦਲਾਅ ਆ ਗਿਆ ਤੇ ਇਸ ਬਦਲਾਅ ਦੀਆਂ ਜਿਹੜੀਆਂ ਸੰਭਾਵਨਾਵਾਂ ਸੀ ਬਾਅਦ ਚੋਂ ਭਵਿੱਖ ਵਿੱਚ ਉਹਨੇ ਉਹਦਾ ਰਜਕੇ ਲਾਹ ਲਿਆ ਉਹਦਾ ਫਾਇਦਾ ਉਠਾਇਆ ਤੇ ਕਿਦਾਂ ਕਹਿੰਦੇ ਹੀ ਵਾਸ ਹੀ ਵਾਸ ਨਾਉ ਅ ਗ੍ਰੈਂਡ ਸਕਸੈਸ ਹੁਣ ਉਹ ਬੜੀ ਕਾਮਯਾਬੀ ਤੇ ਬੁਲੰਦੀ ਤੇ ਪਹੁੰਚਿਆ ਹੋਇਆ ਕਾਮਯਾਬ ਸੀ ਮਨੀ ਗ੍ਰੈਂਡ ਸਕਸੈਸ ਬੜਾ ਮਸ਼ਹੂਰ ਬੜੇ ਉੱਚੇ ਰੁਤਬੇ ਵਾਲਾ ਉਹ ਕਾਮਯਾਬ ਸੀ ਇਨ ਵਟ ਏਵਰ ਹੀ ਚੋਸ ਟੂ ਡੂ ਜਿਹੜੇ ਵੀ ਕੰਮ ਵਿੱਚ ਉਹਨੇ ਹੱਥ ਪਾਇਆ ਕਾਮਯਾਬੀ ਉਹਦੀ ਝੋਲੀ ਵਿੱਚ ਪਈ ਕਹਿੰਦੇ ਯੂ ਆਰ ਗ੍ਰੇਟਰ ਦੈਨ ਯੂ ਥਿੰਕ ਅਰਥਾਤ ਜਿੰਨਾ ਤੁਸੀਂ ਆਪਣੇ ਬਾਰੇ ਸੋਚਦੇ ਹੋ ਤੁਸੀਂ ਉਸ ਤੋਂ ਜ਼ਿਆਦਾ ਮਹਾਨ ਹੋ ਅਰਥਾਤ ਤੁਸੀਂ ਇਸ ਗੱਲ ਦੀ ਤਸੱਲੀ ਨਾ ਕਰੋ ਕਿ ਮੇਰੇ 60% ਨੰਬਰ ਆ ਗਏ ਮੈਂ ਪਾਸ ਹੋ ਗਿਆ ਨਹੀਂ ਜੇ ਤੁਸੀਂ 60% ਲਿਓ ਤੁਸੀਂ 80% ਲੈ ਸਕਦੇ ਹੋ ਤੁਸੀਂ ਇਸ ਗੱਲ ਦੀ ਤਸੱਲੀ ਨਾ ਕਰੋ ਕਿ ਮੇਰੇ ਮੈਥ ਦੇ ਵਿੱਚ 100 'ਚੋਂ 90 ਨੰਬਰ ਆ ਗਏ ਨੇ ਨਹੀਂ ਤੁਸੀਂ ਕਹੋ ਕਿ 100 'ਚੋਂ 90 ਆਏ ਨੇ ਹੁਣ ਮੈਂ ਅਗਲੀ ਵਾਰ 100 'ਚੋਂ 100 ਨੰਬਰ ਲੈਣੇ ਨੇ ਮੈਂ ਅੱਜ 30 ਡੰਡ ਕੱਢੇ ਨੇ ਅਗਲੇ ਹਫਤੇ ਤੱਕ ਮੈਂ ਇਹ ਡਾਂਡਰ ਨੂੰ 3 ਨੂੰ 40 ਕਰਨਾ ਠੀਕ ਹੈ ਨਾ ਅੱਜ ਮੈਂ 8 ਕਿਲੋ ਡੰਬਲ ਮਾਰੇ ਨੇ 15 ਦਿਨਾਂ ਤੱਕ ਮੈਂ ਇਸ 8 ਕਿਲੋ ਨੂੰ 10 ਕਿਲੋ ਤੱਕ ਲੈ ਕੇ ਜਾਣਾ ਅਰਥਾਤ 20 ਸਮਰੱਥਾਵਾਂ ਬਹੁਤ ਨੇ ਯੂ ਆਰ ਗ੍ਰੇਟਰ ਦੈਨ ਯੂ ਥਿੰਕ ਜਿੰਨਾ ਤੁਸੀਂ ਸੋਚਦੇ ਹੋ ਤੁਸੀਂ ਉਸ ਤੋਂ ਜ਼ਿਆਦਾ ਮਹਾਨ ਹੋ ਉਸ ਤੋਂ ਵੱਧ ਕਰ ਸਕਦੇ ਹੋ ਕਹਿੰਦੇ ਇਨਿਸ ਫੇਮਸ ਐਡਰੈਸ ਹੁਣ ਐਡਰੈਸ ਦੇ ਦੋ ਮਤਲਬ ਨੇ ਇੱਥੇ ਇੱਕ ਐਡਰੈਸ ਦਾ ਮਤਲਬ ਕਹਿੰਦੇ ਸਰਨਾਵਾ ਪਤਾ ਜਿਹੜਾ ਜਿੰਨੇ ਵੀ ਘਰ ਦਾ ਪਤਾ ਕੀ ਹੈ ਉਹ ਦੁਕਾਨ ਦਾ ਪਤਾ ਕੀ ਹੈ ਆਫਿਸ ਦਾ ਪਤਾ ਕੀ ਹੈ ਇੱਥੇ ਐਡਰੈਸ ਦਾ ਉਹਨੇ ਸੰਬੋਧਨ ਜਦੋਂ ਇੱਕ ਬੁਲਾਰਾ ਕਿਸੇ ਦਰਸ਼ਕਾਂ ਨੂੰ ਸੰਬੋਧਨ ਕਰਦਾ ਹੈ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਐਡਰੈਸ ਕਹਿੰਦੇ ਇਨ ਹਿਸ ਫੇਮਸ ਐਡਰੈਸ ਆਪਣੇ ਮਸ਼ਹੂਰ ਸੰਬੋਧਨ ਵਿੱਚ ਔਨ ਦੀ એનਰਜੀਜ਼ ਆਫ ਮੈਨ ਜਿਹੜਾ ਉਹ ਸੰਬੋਧਨ ਦਾ ਸਰਲੇਖ ਸੀਗਾ ਵਿਸ਼ਾ ਸੀ ਉਹ ਸੀ ਆਦਮੀ ਆਦਮੀਆਂ ਦੀਆਂ ਊਰਜਾਵਾਂ ਆਦਮੀ ਦੀਆਂ ਤਾਕਤਾਂ ਵਿਲੀਅਮ ਜੇਮਸ ਉਹ ਜਿਹੜਾ ਬੰਦਾ ਸੀਗਾ ਜਿਹਨੇ ਸੰਬੋਧਨ ਕੀਤਾ ਸੀ ਵਿਲੀਅਮ ਜੇਮਸ ਅ ਗ੍ਰੇਟ ਸਾਈਕੋਲੋਜਿਸਟ ਜੋ ਕਿ ਇੱਕ ਮਹਾਨ ਮਨੋਵਿਗਿਆਨੀ ਸੀ ਸੈਡ ਉਹਨੇ ਕਿਹਾ men habitually habitually ਦਾ ਮਤਲਬ ਹੈ ਆਦਤਨ ਮਤਲਬ ਕਿ ਆਦਤ ਦੇ ਅਸਰ ਹੇਟ ਹੈਬਿਟ ਮੈਨੇ ਆਦਤ ਹੈਬਿਚੁਅਲੀ ਮੀਨ ਆਦਤ ਦੇ ਅਸਰ ਹੇਟ men habitually use only a small small part part of the powers which they possess ਕਹਿੰਦੇ ਜਿਹੜੀਆਂ ਤਾਕਤਾਂ ਮਨੁੱਖ ਕੋਲ ਹੁੰਦੀਆਂ ਨੇ ਉਹ ਉਹਦਾ ਬੜਾ ਥੋੜਾ ਅੰਸ਼ ਵਰਤਦੇ ਨੇ। ਬਾਕੀ ਸਾਰੀ ਉਹਦੀ ਤਾਕਤ ਜਿਹੜੀ ਹੈ ਫਜ਼ੂਲ ਅਣਵਰਤੀ ਰਹਿ ਜਾਂਦੀ ਹੈ। ਤੁਸੀਂ ਦੇਖੋ ਬੱਚਿਓ ਜਿਦਾ ਗੁਰਸਾਹਿਬ ਨੇ ਸਾਨੂੰ ਕਿਹਾ ਅਮਰਤ ਵੇਲੇ ਉੱਠੋ। ਤੁਸੀਂ ਦੇਖੋ ਜਿਹੜੇ ਬੰਦੇ ਕਾਮਯਾਬ ਨੇ ਜ਼ਿੰਦਗੀ 'ਚ ਉਹ ਜ਼ਿਆਦਾਤਰ ਸਵੇਰੇ ਛੇਤੀ ਉੱਠਦੇ ਨੇ। ਤੇ ਇਹਦਾ ਉਲਟ ਕਰਮ ਕੀ ਹੈ ਕਿ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤੁਹਾਨੂੰ ਛੇਤੀ ਉੱਠਣਾ ਪਏਗਾ। ਹੁਣ ਮੈਂ ਘਰਾਂ 'ਚ ਦੇਖਦਾ ਲੋਕੀ 8-8 ਵਜੇ ਉੱਠਦੇ ਨੇ, 8:30 ਵਜੇ ਉੱਠਦੇ ਨੇ। ਉਹ ਫੇਰ ਉੱਠਦੇ ਸਾਰੀ ਹੁਣ ਚਾਹ ਚਾਹੀਦੀ ਹੈਗੀ ਹੈ। ਹੁਣ 10 ਤੇ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਸਵੇਰ ਟਾਂਸਰ ਉੱਠ ਜੰਨਾ ਅਰ ਨਾ ਜਗਰੀ ਬਿਲਕੁਲ ਨਹੀਂ ਸੁੰਦਾ ਸਵੇਰੇ ਉੱਠ ਜੰਨੇ ਆ ਉੱਠ ਕੇ ਪਹਿਲੇ ਆਪਣਾ ਪਾਠ ਕਰੀਦਾ ਫਿਰ ਆਪਣਾ ਵਰਜਿਸ਼ ਕਰੀਦੀ ਹੈ ਤੇ ਤਦ ਤੱਕ ਮਨ ਲਕੀ ਫਿਰ ਆਪਣਾ ਮਨ ਲਕੀ ਵਰਜਿਸ਼ ਹੋ ਗਈ ਭੁੱਖੀ ਵਧੀਆ ਲੱਗ ਜਾਂਦੀ ਹੈ ਫਿਰ ਸਾਰੇ ਕੰਮ ਸਵੇਰ ਦੇ ਨਿਪਟ ਜੰਦੇ ਨਹਾ ਟੋਕੇ ਵੀ ਹੋ ਗਿਆ ਪਾਠ ਵੀ ਹੋ ਗਿਆ ਬਾਣੀ ਪੜ ਲਈ ਥੋੜਾ ਕੰਮ ਵੀ ਕਰ ਲਿਆ ਵਰਜਿਸ਼ ਵੀ ਕਰ ਲਈ ਤੇ ਸਾਰਾ ਦਿਨ ਤੁਹਾਡਾ ਬਹਿਲਾ ਕਿ ਸਾਰੇ ਕੰਮ ਜਿਹੜੇ ਨੇ ਇੱਕੋ ਦਮ ਬੰਦਾ ਚੁਸਤ ਵਰਤੋਗੇ ਸਾਰੇ ਕੰਮ ਕਰਦਾ ਹੁਣ ਜਿਹੜਾ ਬੰਦਾ 8 ਵਜੇ 8:30 ਵਜੇ ਉੱਠੇਗਾ ਉਹਦਾ ਤੇ ਦਿਨ ਜਿਹੜਾ ਮੁੜਦਾ ਜਿਹੜਾ ਖਰਾਬ ਹੋ ਗਿਆ ਸੋ ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਉਦਮ ਹੀ ਜੀਵਨ ਜੀਓ ਤਾਂ ਹੀ ਕਿ ਕਰਤ ਕਰੋ ਉਦਮ ਕਰੇਂਦਿਆਂ ਜੀਉ ਤੂੰ ਕਮਾਵਤਿਆਂ ਸੁਖ ਪੁੰਚ ਧਿਆਨਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਸੋ ਇਸ ਕਰਕੇ ਜਿਹੜੀਆਂ ਆਦਤਾਂ ਨੇ ਜਿਹੜੀਆਂ ਨੇ ਢੜੀ ਆਦਤ ਨੂੰ ਪੱਕੇ ਪੈਰੀ ਹੋਣ ਤੋਂ ਪਹਿਲੇ ਹੀ ਬਦਲ ਜਾਣਾ ਚਾਹੀਦਾ ਤੇ ਇਹਦਾ ਸਭ ਤੋਂ ਵਧੀਆ ਤਰੀਕਾ ਬੱਚਿਓ ਟਵੰਡੀ ਵਿਦਿਆਰਥੀ ਦੇ ਜੀਵਨ ਵਿੱਚ ਹੀ ਹੁੰਦਾ ਹੈ ਵਿਦਿਆਰਥੀ ਦੇ ਜੀਵਨ ਵਿੱਚ ਜੇ ਤੁਸੀਂ ਮਾੜੀ ਸੰਗਤ ਤੋਂ ਬਚ ਜਾਓ ਨਸ਼ਿਆਂ ਦੇ ਪ੍ਰਤੀ ਬੜੇ ਜਾਗਰੂਕ ਹੋ ਜਾਓ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿਵੋ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਸ਼ੁਰੂ ਕਰਦੋ ਆਪਣੇ ਮਾਪਿਆਂ ਦਾ ਘਰ ਵਿੱਚ ਉਹਨਾਂ ਦੇ ਕੰਮਾਂ ਵਿੱਚ ਹੱਥ ਮੰਡਾਣਾ ਸ਼ੁਰੂ ਕਰਦੋ ਤੇ ਮੈਂ ਕਹਿੰਦਾ ਤੁਹਾਡਾ ਭਵਿੱਖ ਬੜਾ ਉਜਲਾ ਹੈਗਾ ਇਹ ਨਿੱਕੀਆਂ ਨਿੱਕੀਆਂ 4-5 ਗੱਲਾਂ ਦੀ ਬਸ ਧਿਆਨ ਦੇਣ ਵਾਲੀ ਗੱਲ ਹੈ ਸਵੇਰੇ ਟਾਈਮ ਨਾਲ ਉੱਠੋ ਮਾਪੇ ਜਿਹੜਾ ਕੰਮ ਕਰਨ ਨੂੰ ਕਹਿੰਦੇ ਨੇ ਕਰੋ ਨਾਲ ਆਪਣੀ ਪੜ੍ਹਾਈ ਕਰੋ ਬਸ ਹੋਰ ਕੀ ਬਸ ਇਹਦਾ ਮਤਲਬ ਹੈ ਕਿ ਸਾਰੀ ਤੁਹਾਡੀ ਜਿਹੜੀ ਤਿਆਰੀ ਹੈ ਉਹ ਭਵਿੱਖ ਦੀ ਬੜੀ ਵਧੀਆ ਹੈਗੀ ਹੈ ਆਪਣੀ ਵਰਜਿਸ਼ ਕਰੋ ਨਸ਼ਿਆਂ ਤੋਂ ਬਚੋ ਤੇ ਬਾਹਰ ਦਾ ਗੰਦਮੰਦ ਨਾ ਖਾਓ ਘਰ ਦਾ ਖਾਣਾ ਖਾਓ ਤੁਹਾਡੀ ਸਿਹਤ ਹੀ ਬੜੀ ਵਧੀਆ ਰਹੇਗੀ ਠ ਸੋ ਕਹਿੰਦੇ ਹੈਬਿਚੁਅਲੀ ਆਦਰ ਦੇ ਰੀ ਯੂਜ਼ ਓਨਲੀ ਅ ਸਮਾਲ ਸਮਾਲ ਪਾਰਟ ਆਫ ਦੀ ਪਾਵਰਸ ਵਿਚ ਦੇ ਪੋਸੈਸ ਜਿਹੜੀਆਂ ਰੱਬ ਨੇ ਤਾਕਤਾਂ ਦਿੱਤੀਆਂ ਨੇ ਉਹਦਾ ਬੜਾ ਛੋਟਾ ਹਿੱਸਾ ਵਰਤਦੇ ਨੇ ਐਂਡ ਵਿਚ ਦੇ ਮਾਈਟ ਯੂਜ਼ ਅੰਡਰ ਐਪਰੋਪ੍ਰੀਏਟ ਸਰਕਮਸਟੈਂਸੀਜ਼ ਐਪਰੋਪ੍ਰੀਏਟ ਟੁਕਵੇਂ ਸਰਕਮਸਟੈਂਸੀ ਹਾਲਾਤ ਤੇ ਜਿਹੜੇ ਉਹ ਟੁਕਵੇਂ ਹਾਲਾਤਾਂ ਵਿੱਚ ਵਰਤ ਸਕਦੇ ਸੀਗੇ ਪਰ ਉਹਨੇ ਵਰਤਣ ਦੀ ਆਦਤ ਹੀ ਨਹੀਂ ਪਾਈ ਜੇ ਹੁਣ ਮੰਨ ਲਓ ਵਚਵਾ ਮੈਂ ਮੰਨ ਲਓ ਮੈਂ 20 ਕਿਲੋ ਦੇ ਡੰਬਲ ਚੱਕਦਾ ਜਾਂ ਡੰਡ ਮਾਰਦਾ ਤੇ ਨਾਲ ਮੇਰੇ ਮੇਰੇ ਡੋਲੇਆਂ ਵਿੱਚ ਮੁੰਡਿਆਂ ਵਿੱਚ ਜਾਨ ਹੈਗੀ ਤੇ ਹੁਣ ਬਾਈ ਚਾਂਸ ਮੈਂ ਖੇਤਾਂ 'ਚ ਗਿਆ ਤੇ ਕੋਈ ਬਜ਼ੁਰਗ ਬੀਬੀ ਕਹਿੰਦੀ ਕਾਕਾ ਇਹ ਭਰੀ ਚਵਾਦੇ ਜਾ ਰਹਾ ਮੇਰੇ ਕੋਲ ਤੇ ਮੈਂ ਭਰੀ ਚਵਾ ਦਾਂਗਾ ਹੁਣ ਹਾਲਾਤ ਬਣ ਗਏ ਨਾ ਮੇਰੀ ਉਹਦੀ ਮਦਦ ਕਰਨ ਦੀ ਮੌਕਾ ਮਿਲਿਆ ਤੇ ਮੈਂ ਕਹਿੰਗਾ ਮਾਤਾ ਜੀ ਮੈਂ ਤੇ ਮੇਰੇ ਕੋ ਤੇ ਚੱਕ ਹੀ ਨਹੀਂ ਹੁੰਦਾ ਮੈਂ ਤੇ ਕਦੀ ਘਰ ਵਾਲਟੀ ਨਹੀਂ ਚੱਕੀ ਬਾੜੀ ਮੋਟੀ ਤੇ ਇਹ ਤੇ ਭਰੀ ਤੇ ਬਹੁਤ ਭਾਰੀ ਮੇਰੇ ਕੋ ਚੱਕੀ ਨਹੀਂ ਹੋਣੀ ਸੋ ਇਹਦਾ ਮਤਲਬ ਇਹ ਹੁੰਦਾ ਕਿ ਜਦੋਂ ਅਸੀਂ ਇਦਾਂ ਦੀਆਂ ਚੰਗੀਆਂ ਆਦਤਾਂ ਪਾ ਕੇ ਰੱਖਦੇ ਹਾਂ ਤੇ ਕਦੀ ਮੌਕਾ ਐਮਰਜੈਂਸੀ ਦਾ ਆਉਂਦਾ ਜਾਂ ਇਹੋ ਜੀ ਗੱਲ ਆਉਂਦੀ ਹੈ ਤੇ ਮੈਨੂੰ ਯਾਦ ਇਹ ਬੱਚੇ ਇੱਕ ਵਾਰ ਕਮੇਸ਼ਪਤੇ ਅਸੀਂ ਬੜੇ ਐਕਟਿਵਰੀ ਦਾ ਸੀਗਾ ਅਸੀਂ ਫਾਇਰ ਡਰ ਵੀ ਕਰੀਦੀ ਸੀ ਸਾਡੇ ਗਵਾਂਡ ਵਿੱਚ ਇੱਕ ਅਗਲਾ ਅਗ ਲੱਗ ਗਈ ਇੱਕ ਵਾਰੀ ਰਾਤੀ 2:00 ਵਜੇ ਮਰੇ ਮੈਸੇਜ ਮੈਨੂੰ ਉਠਾਇਆ ਕਿ ਪੀ ਉਹ ਸਾਡੇ ਸਾਡੇ ਜਿਹੜੇ ਬੰਸਰ ਸਾਹਿਬ ਦੇ ਉਹਨਾਂ ਤੇ ਅੱਗ ਲੱਗ ਗਈ ਹੈ ਤੇ ਮੈਨੂੰ ਜਿੱਦੇ ਅੱਗ ਦਾ ਸੁਣਿਆ ਤੇ ਮੈਂ ਹੋਰ ਗੱਲ ਨਹੀਂ ਕੀਤੀ ਮੈਂ ਪਹਿਲੇ ਬੂਟ ਪਾਇਆ ਆਪਣੇ ਸਨੀਕਰਸ ਪਾ ਲਏ ਕਿਉਂਕਿ ਸਾਨੂੰ ਪਤਾ ਹੈ ਵੀ ਜਿੱਦਾਂ ਜਹਾਜ਼ ਦੀ ਅੱਗ ਲੱਗਦੀ ਹੈ ਐ ਐਮਰਜੈਂਸੀ ਆਉਂਦੀ ਹੈ ਪਹਿਲੇ ਤਿਆਰ ਹੋ ਮੈਂ 1 ਮਿੰਟ ਵਿੱਚ ਆਪਣੇ ਬੂਟ ਪਾਏ ਤੇ ਬਾਹਰ ਆਇਆ ਸਾਫਾ ਬਣ ਕੇ ਬਾਹਰ ਆਇਆ ਤੇ ਦੇਖਿਆ ਲੋਕੀ ਰੋ ਰਹੇ ਨੇ ਤੇ ਉੱਥੇ ਖੜੇ ਨੇ ਤੇ ਮੈਂ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਕਹਿੰਦੇ ਫੋਨ ਕੀਤਾ ਜੀ ਫੋਨ ਚੱਕਦੇ ਨਹੀਂ ਕਹਿੰਦੇ ਆਣੇ ਆਣੇ ਬੜੀ देर ਹੋ ਗਈ ਹੈ ਫਾਇਰ ਬ੍ਰਿਗੇਡ ਸਾਡੇ ਘਰ ਤੋਂ ਕਰੀਬ 150 200 ਮੀਟਰ ਸੀਗੀ ਤੇ ਮੈਂ ਵਰਜਿਸ ਵੀ ਕਰਦਾ ਦੌੜ ਵੀ ਲੰਨਾ ਤੇ ਮੈਨੂੰ ਆਦਰ ਸੀਗੀ ਮੈਂ ਦੌੜਦਾ ਦੌੜਦਾ ਗਿਆ ਰਾਤੀ 2:30 ਵਜੇ ਸੜਕ ਖੱਲੀ ਸੀਗੀ ਤੇ ਮੈਂ ਉੱਥੇ ਪਹੁੰਚ ਗਿਆ ਫਾਇਰ ਬ੍ਰਿਗੇਡ ਵਾਲਿਆਂ ਕੋਲ ਤੇ ਮੈਂ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਬੈਠੇ ਉਹ ਬੰਦੇ ਆਰਾਮ ਨਾਲ ਬੈਠੇ ਨੇ ਉਹ ਕੋਈ ਜਿਦਾ ਸਰਕਾਰੀ ਕੰਮ ਹੁੰਦਾ ਉਹ ਉੱਥੇ ਕੋਈ ਐਕਸ਼ਨ ਹੀ ਨਹੀਂ ਸੀਗਾ ਉਹ ਵੀ ਫੋਨ ਆਇਆ ਨਹੀਂ ਆਇਆ ਉਹ ਕੁਝ ਕਰ ਹੀ ਨਹੀਂ ਰਹੇ ਸੀਗੇ ਮੈਂ ਫਿਰ ਉਹਨਾਂ ਦੀ ਗੱਡੀ ਵਿੱਚ ਬੈਠਿਆ ਤੇ ਨਾਲ ਉਹ ਢੀੜੀ ਜਿਹੀ ਗਲੀ ਸੀਗੀ ਉੱਥੇ ਉਹ ਜਿਹੜੀ ਸੀਗੀ ਆਪਾਂ ਉਹ ਫਾਇਰ ਬ੍ਰਿਗੇਡ 10 ਮਿੰਟ ਦੇ ਅੰਦਰ ਸੀ ਉੱਥੇ ਫੇ ਲੈ ਕੇ ਆਏ ਤੇ ਉਹਨਾਂ ਨੇ ਅੱਗ ਬੁਝਾਈ ਹੁਣ ਆ ਦੇਖੋ ਕੀ ਸੀਗਾ ਕਿਉਂਕਿ ਮੈਂ ਤੁਹਾਡਨੀ ਪ੍ਰੈਕਟਿਸ ਕੀਤੀ ਸੀ ਤੇ ਹੁਣ ਮੈਨੂੰ ਦੌੜਨ ਦਾ ਮੌਕਾ ਮਿਲਿਆ ਫਾਇਰ ਬ੍ਰਿਗੇਡ ਕਰਕੇ ਤੇ ਮੈਂ ਦੌੜ ਲਿਆ ਇਹਨੂੰ ਕਹਿੰਦੇ ਨੇ ਐਪਰੋਪ੍ਰੀਏਟ ਸਰਕਮਸਟੈਂਸਸ ਤੇ ਜਿੱਦਾਂ ਕਿਥੇ ਭਾਰ ਚੱਕਣਾ ਪੈ ਜਾਏ ਦੌੜਨਾ ਪੈ ਜਾਏ ਐਮਰਜੈਂਸੀ ਆ ਜਾਏ ਪਰ ਜੇ ਤੁਹਾਡੀਆਂ ਆਦਤਾਂ ਤੁਸੀਂ ਉਦਾਂ ਦੀ ਬਣਾਈਆਂ ਹੋਣਗੀਆਂ ਤਾਂ ਪਰ ਜੇ ਬੈਡ ਬੈਡ ਕੇ ਗੋਗੜੀ ਵਧਾਈ ਹੋਵੇ ਕਿ ਉਹ ਬੰਦਾ ਨਾ ਦੇ ਭਾਰ ਚੱਕ ਸਕਦਾ। ਉਹ ਕਹਿੰਦਾ ਜੀ ਮੇਰੇ ਤੇ ਚੁੱਕ ਪੈ ਜੇਗੀ ਤੇ ਨਾ ਫਿਰ ਉਹ ਦੌੜ ਸਕਦਾ। ਸੋ ਇਹਨੂੰ ਕਹਿੰਦੇ ਨੇ ਐ ਮੈਂ ਦੋ ਉਦਾਹਰਣ ਦੇ ਕੇ ਤੁਹਾਨੂੰ ਸਮਝਾਇਆ ਕਿ ਐਪਰੋਪ੍ਰੀਏਟ ਸਰਕਮਸਟੈਂਸਸ ਦਾ ਮਤਲਬ ਕੀ ਹੁੰਦਾ ਹੈ। ਠੀਕ ਹੈ। ਹੁਣ ਜਿੱਦਾਂ ਮੈਂ ਮੈਂ ਨੌਕਰੀ ਵੀ ਲੱਗ ਗਿਆ ਪਰ ਮੈਂ ਆਪਣੀ ਪੜਾਈ ਨਹੀਂ ਛੱਡੀ। ਮੈਂ ਫੇਰ ਵੀ ਸਵਾਲ ਕਰਦਾ ਰਿਹਾ, ਪਜ਼ਲ ਸਰਦਾ ਰਿਹਾ, ਮੈਨੂੰ ਚੰਗਾ ਲੱਗਦਾ। ਤੇ ਹੁਣ ਮੇਰੇ ਘਰ ਜਿਹੜੀ ਭਤੀਜੇ-ਭਤੀਜੀਆਂ ਆ ਗਈਆਂ ਜਿਹੜੇ ਆ ਗਏ ਨੇ ਕੋਈ ਉਹ ਕੋਈ ਟਿਊਸ਼ਨ ਨਹੀਂ ਪੜਦੇ। ਮੈਂ ਕਹਿੰਦਾ ਕੋਈ ਟਿਊਸ਼ਨ ਪੜ੍ਹਨੀ ਲੋੜ ਨਹੀਂ। ਜਿਹੜਾ ਸਵਾਲ ਨਹੀਂ ਸਰੇ YouTube ਦੇ ਬਣਾਣੇ ਪਾ ਕੇ ਬਣਾਇ ਸ਼ੁਰੂ ਕਰ ਦਿੱਤੇ ਹੁਣ ਜਿੱਥੇ ਉਹ ਉਹ ਮੇਰੀ ਜਿਹੜੀ ਭਤੀਜੀ ਸੀ ਦੋ ਭਤੀਜੀਆਂ ਸੀ ਉਹ 2.500 ਰੁਪਏ ਟਿਊਸ਼ਨ ਦੇ ਫੀਸ ਦੇ ਖਰਚਾ ਕਰਦੇ ਸੀਗੇ ਤੇ ਮੈਂ ਉਹਦੇ ਡੈਡੀ ਨੂੰ ਕਿਹਾ ਆਪਣੇ ਭਰਾ ਨੂੰ ਕਿਹਾ ਵੀ 2.500 ਤੁਸੀਂ ਮਹੀਨੇ ਦੇ ਤੇ ਜਮ੍ਹਾਂ ਕਰਾਈ ਜਾਓ ਮੇਰੀ ਬਚਤ ਹੋ ਗਈ ਤੇ ਨਾਲ ਉਹ ਪੜ੍ਹਾਈ ਇਧਰੋਂ ਮੇਰੇ ਕੋਲ ਕਰ ਲੈਂਦੇ ਨੇ ਮੈਂ ਤਾਂ ਕੋਈ ਪੈਸੇ ਲੈਂਦਾ ਨਹੀਂ ਤੇ ਬਸ ਉਹਨਾਂ ਦੇ ਪੈਸੇ ਬਚਨੇ ਸ਼ੁਰੂ ਹੋ ਗਏ ਐ ਐਗਜ਼ਾਮਪਲ ਹੈਗੀ ਏ ਐਪ੍ਰੋਪ੍ਰੀਏਟ ਸਰਕਮਸਟੈਂਸਸ ਦੀ ਐ ਮੈਂ ਤੈਨੂੰ ਉਦਾਹਰਣ ਤਾਂ ਦਿੱਤੇ ਨੇ ਕਿ ਤੁਹਾਨੂੰ ਸਮਝ ਆ ਜਾਏ ਕਿ ਇਹਦਾ ਕੀ ਮਤਲਬ ਹੈ ਕਿ ਵਿਚ they might use under appropriate circumstances अर्थात जे वो ताकतां नु समर्थां नु असि ਘੜਿਆ ਨਹੀਂ ਹੈਗਾ ਤੇ ਮੌਕਾ ਪੈਣ ਤੇ ਅਸੀਂ ਵਰਤ ਨਹੀਂ ਸਕਦੇ ਠੀਕ ਹੈ ਕਹਿੰਦੇ ਆ ਸਾਇੰਟਿਸਿਸ ਰਿਪੋਰਟਡ ਰੀਸੈਂਟਲੀ ਟੂ ਹੈਵ ਸੈਡ ਕਹਿੰਦੇ ਇੱਕ ਸਾਇੰਟਿਸਟ ਨਹੀਂ ਇੱਕ ਵਿਗਿਆਨੀ ਨੇ ਪਿੱਛੇ ਜੇ ਰੀਸੈਂਟਲੀ ਮਨੇ ਪਿੱਛੇ ਜੇ ਥੋੜਾ ਜਿਹਾ ਪਹਿਲਾਂ ਇੱਕ ਰਿਪੋਰਟ ਕੀਤੀ ਹੈ ਟੂ ਹੈਵ ਸੈਡ ਤੇ ਕਿਹਾ ਥੈਟ ਐਨ ਐਵਰੇਜ ਮੈਨ ਯੂजेस ਬਟ 20% ਆਫ ਹਿਸ ਬ੍ਰੇਨ ਪਾਵਰ ਇੱਕ ਸਧਾਰਨ ਆਦਮੀ ਔਸਤਨ ਆਦਮੀ ਆਪਣੀ ਦਿਮਾਗੀ ਸ਼ਕਤੀ ਦਾ ਸਿਰਫ 20% ਹੀ ਸਾਬਰਤਦਾ ਅਰਥਾਤ 1 ਰੁਪਏ ਚੋਂ 20 ਪੈਸੇ ਖਰਚੇ ਤੇ ਬਾਕੀ ਜਿਹੜੇ ਸੀਗੇ 80 ਪੈਸੇ ਅਣ ਵਰਤੇ ਰਹਿ ਗਏ ਮਲਕੀ ਪ੍ਰਮਾਤਮਾ ਨੇ ਇਹਨਾਂ ਕੋਲ ਦਿੱਤਾ ਸਿਰਫ ਉਹਦਾ 20% ਵਰਤਿਆ ਕਹਿੰਦੇ ਵੈਨ ਯੂ ਥਿੰਕ ਆਫ ਸਮ ਪੀਪਲ 댓 ਸਾਉਂਡਸ ਲਾਈਕ ਆਪਟੀਮਿਜ਼ਮ ਕਹਿੰਦੇ ਹੋ ਸਕਦਾ ਜਦੋਂ ਕੁਝ ਤੁਸੀਂ ਲੋਕਾਂ ਬਾਰੇ ਸੋਚੋ ਤੇ ਤੁਹਾਨੂੰ ਲੱਗੇ ਕਿ ਇਹਦੇ ਚਲੋ ਬੜਾ ਵਧੀਆ ਫਿਰ ਤੇ 20% ਤੇ ਵੀ ਹੈ ਬੰਦੇ ਮੈਂ ਹਾਲੇ ਲੋ ਦੇਖਦਾ ਐਵਰੇਜ ਬੰਦੇ ਕੰਮਾਂ ਤੇ ਜਾ ਰਹੇ ਨੇ ਫੈਕਟਰੀ ਜਾ ਰਹੇ ਨੇ ਨੌਕਰੀ ਕਰ ਰਹੇ ਨੇ ਜਾਣੇ ਪਲ ਰਹੇ ਨੇ ਸਭ ਕੁਝ ਬੜਾ ਠੀਕ ਠਾਕ ਚੱਲ ਰਿਹਾ ਹੈ ਫਿਰ ਤੇ ਕਹਿੰਦੇ ਆਪਟਿਮਿਜ਼ਮ ਕੀ ਹੈ ਤੇ ਬੜਾ ਆਸ਼ਾਵਾਦੀ ਹੈ ਤੇ ਬੜਾ 20% ਬਹੁਤ ਵਧੀਆ ਹੈ ਮੈਂ ਕਹਿੰਦੇ ਨਹੀਂ ਥਿੰਕ ਆਫ ਇਟ ਯੂ ਆਰ ਯੂਜ਼ਿੰਗ ਕਹਿੰਦੇ ਸੋਚੋ ਜਰਾ ਤੁਸੀਂ ਵਰਤ ਰਹੇ ਹੋ ਇਫ ਯੂ ਆਰ ਇਨ ਐਵਰੇਜ ਪਰਸਨ ਜੇ ਤੁਸੀਂ ਉਹਨਾਂ ਵਿੱਚ ਆਪਣੇ ਉਹਨੂੰ ਗਿਣਦੇ ਹੋ ਐਵਰੇਜ ਪਰਸਨ ਆਸਥ ਬੰਦਿਆਂ ਚ ਗਿਣਦੇ ਹੋ ਵੀ ਠੀਕ ਹੈ ਬਿਜਲੀ ਦਾ ਬਿੱਲ ਦੇ ਹੋ ਜਾਂਦਾ ਹੈ ਗੈਸ ਦਾ ਸਿਲੰਡਰ ਤੇ ਪੈਸੇ ਜੁਆੜ ਲੱਗ ਜਾਂਦਾ ਹੈ ਨਿਆਣੇ ਦੀ ਫੀਸ ਦੇ ਹੋ ਰਹੀ ਹੈ ਹਨਾ ਖਰਚੇ ਭਾਣੀ ਚੱਲੀ ਜਾਂਦੇ ਨੇ ਕਰੀਆਨਾ ਆ ਜਾਂਦਾ ਹੈ ਦਾਲਾਂ ਸਬਜ਼ੀਆਂ ਆ ਜਾਂਦੀਆਂ ਬੜੀ ਵਧੀਆ ਰਾਤੀ ਸੌਂ ਲਈਦਾ ਸਵੇਰੇ ਉੱਠ ਜਾਈਦਾ ਕੰਮ ਤੇ ਚੱਲ ਜੀਦਾ ਜ਼ਿੰਦਗੀ ਦੀ ਗੱਡੀ ਰੜੀ ਜਾ ਰਹੀ ਹੈ ਕਹਿੰਦੇ ਜੇ ਤੁਸੀਂ ਦੇ ਸੋਚਦੇ ਹੋ ਕਹਿੰਦੇ ਓਨਲੀ 1/5th ਆਫ ਯਰ ਮੈਂਟਲ ਕੈਪੈਸਿਟੀ ਕਹਿੰਦੇ ਵੀ ਤੁਸੀਂ ਸਿਰਫ ਆਪਣੇ ਤਾਕਤ ਦਾ ਸਿਰਫ ਪੰਜਵਾਂ ਹਿੱਸਾ ਵਰਤਦੇ ਪਏ ਹੋ ਕਨਸੀਡਰ ਵਾਟ ਯੂ ਕੁਡ ਮੇਕ ਆਫ ਲਾਈਫ ਕਹਿੰਦੇ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਕੀ ਦਾ ਕੀ ਬਣਾ ਸਕਦੇ ਹੋ ਇਫ ਯੂ ਇਨਕਰੀਜ਼ ਥੈਟ ਬਾਈ ਓਨਲੀ 50% ਜੇ ਤੁਸੀਂ ਉਹਨੂੰ ਸਿਰਫ 50% ਵਧਾ ਦੋ ਮਨੀ ਇਹ 20% ਹੈ ਨਾ ਤੇ 20% ਦਾ 50% ਕਿੰਨਾ ਹੋ ਗਿਆ 10% ਅਰਥਾਤ 20% ਦੀ ਜਗ੍ਹਾ ਤੁਸੀਂ 30% ਵਰਤਣਾ ਸ਼ੁਰੂ ਕਰ ਦੋ ਤੇ ਤੁਸੀਂ ਕਿੱਥੇ ਕਿੱਥੇ ਪਹੁੰਚ ਜਾਓਗੇ ਜੇ 20% ਦੇ ਨਾਲ ਤੁਹਾਡੀ ਜ਼ਿੰਦਗੀ ਠੀਕ ਠਾਕ ਚੱਲਦੀ ਪਈ ਹੈ ਤੇ ਜੇ ਤੁਸੀਂ 50% ਉਹ ਚ ਹੋਰ ਐਡ ਕਰ ਦੋ ਥੋੜੀ ਜਿਹੀ ਹਿੰਮਤ ਹੋਰ ਕਰੋ ਥੋੜਾ ਜਿਹਾ ਆਪਣੇ ਉਹਨੂੰ ਸਿੱਖਿਆਤ ਕਰੋ ਆਪਣੇ ਆਪ ਨੂੰ ਹੱਲਾਸ਼ੀਰੀ ਦਿਓ ਆਪਣੇ ਨੂੰ ਮੋਟੀਵੇਟ ਕਰੋ ਤੇ ਤੁਹਾਡੀ ਜ਼ਿੰਦਗੀ ਕੀ ਦਾ ਕੀ ਰੂਪ ਲੈ ਲਵੇਗੀ ਕਹਿੰਦੇ ਇਨ ਦੀ ਪਰਸਨੈਲਿਟੀ ਆਫ ਐਵਰੀ ਇੰਡੀਵਿਜੂਅਲ ਹਰ ਇੱਕ ਸ਼ਖਸ ਦੀ ਸ਼ਖਸੀਅਤ ਵਿੱਚ ਥੇਅਰ ਇਜ਼ ਅ ਗ੍ਰੇਟ ਰੈਜ਼ਰਵਾਇਰ ਰੈਜ਼ਰਵਾਣੇ ਭੰਡਾਰ ਸਟੋਰ ਬਹੁਤ ਵੱਡਾ ਭੰਡਾਰ ਹੁੰਦਾ ਹੈ ਆਫ ਅਨਯੂਜ਼ਡ ਪਾਵਰ ਅਨਯੂਜ਼ਡ ਪਾਵਰ ਮਨੇ ਅਣ ਵਰਤੀ ਉਹ ਜਿਹੜਾ ਇਕ ਰੁਪਏ ਚੋਂ 20 ਪੈਸੇ ਵਰਤੇ ਤੇ 80 ਪੈਸੇ ਦੇ ਕੋਲ ਖਜ਼ਾਨਾ ਤੇ ਕੋਲੀ ਪਿਆ ਉਹ ਵਰਤੇ ਨਹੀਂ ਉਹ ਵੇਸਟ ਜਾ ਰਿਹਾ ਕਹਿੰਦੇ ਹਰ ਇੱਕ ਸ਼ਖਸ ਦੀ ਸ਼ਖਸੀਅਤ ਵਿੱਚ ਪਰਸਨੈਲਿਟੀ ਵਿੱਚ ਅਣ ਵਰਤੀ ਤਾਕਤ ਦਾ ਇੱਕ ਬੜਾ ਵੱਡਾ ਖਜ਼ਾਨਾ ਬੜਾ ਵੱਡਾ ਭੰਡਾਰ ਹੁੰਦਾ ਹੈ but in many of us just a miserable miserable ਨੇ ਤਰਸਯੋਗ ਬੁਰੀ ਹਾਲਤ ਵਿੱਚ ਲिटल ਛੋਟੀ ਟ੍ਰਿਕਲ ਮਨੇ ਤਤਿਰੀ ਵੀ ਟੁੱਟੀ ਜਿਦਾ ਤੁਸੀਂ ਦਸਵਾਂ ਹਿੱਸਾ ਖੋਲ੍ਹਿਆ ਤੇ ਪੂਰੀ ਧਾਰ ਨਹੀਂ ਆ ਰਹੀ ਤੇ ਵੀ ਮਾੜੀ ਪਤਲੀ ਜੀ ਧਾਰ ਆ ਰਹੀ ਜਿਹਦਾ ਬੂੰਦਾਂ ਬੂੰਦ ਜੁੜੀ ਹੋਈ ਉਹਨੂੰ ਕਹਿੰਦੇ ਟ੍ਰਿਕਲ ਇਸ ਗੈਟਿੰਗ ਥਰੂ ਕਹਿੰਦੇ ਪਰ ਸਾਡੇ ਬਹੁਤਿਆਂ ਵਾਸਤੇ ਇੱਕ ਛੋਟੀ ਜੀ ਤਤਿਰੀ ਚੱਲਦੀ ਪਈ ਹੈ ਤਾਕਤ ਦੀ ਵੀ ਗੱਡੀ ਰੜੀ ਜਾ ਰਹੀ ਹੈ ਬਸ ਦੈਟਸ ਆਲ ਐਂਡ ਔਨ ਦੈਟ ਵੀ ਲਿਵ ਐਂਡ ਡੂ ਔਰ ਵਰਕ ਤੇ ਉਹਦੇ ਤੇ ਅਸੀਂ ਆਪਣੀ ਜ਼ਿੰਦਗੀ ਗੁਜ਼ਾਰਦੇ ਆ ਤੇ ਆਪਣੇ ਕੰਮ ਕਾਰ ਕਰਦੇ ਆ ਦੀ ਗ੍ਰੇਟ ਸੀਕ੍ਰੀਟ ਆਫ ਲਾਈਫ ਕਹਿੰਦੇ ਜੋ ਜ਼ਿੰਦਗੀ ਦਾ ਇੱਕ ਵੱਡਾ ਭੇਦ ਹੈ ਉਹ ਹੈ ਵੀ ਇਸ ਟੂ ਪੁੱਟ ਅ ਕੀ ਇੰਟੂ ਦੀ ਲੌਕ ਉਹ ਤਾਲੇ ਵਿੱਚ ਚਾਬੀ ਨੂੰ ਲਾਣਾ ਕਿਹੜਾ ਤਾਲਾ ਉਹ ਤਾਲਾ ਰਿਜ਼ਰਵਾਇਰ ਦਾ ਉਹ ਅਨਵਰਤੀ ਤਾਕਤ ਦਾ ਜਿਹੜਾ ਭੰਡਾਰ ਹੈ ਉਹਨੂੰ ਜਿਹੜਾ ਤਾਲਾ ਲੱਗਾ ਹੈ ਉਹਦੇ ਚ ਚਾਬੀ ਲਾਣੀ ਟਰਨ ਬੈਕ ਦੀ ਸਲੂਸ ਗੇਟਸ ਸਲੂਸ ਗੇਟ ਕਿਹੜੇ ਹੁੰਦੇ ਨੇ ਬੱਚਿਓ ਜਿਹੜੇ ਡੈਮ ਨਹੀਂ ਹੁੰਦੇ ਪਾਣੀ ਰੋਕ ਕੇ ਰੱਖਦੇ ਨੇ ਤੇ ਉਹ ਗੇਟਾਂ ਨੂੰ ਉਹਨੂੰ ਕਹਿੰਦੇ ਸਲੂਸ ਗੇਟ ਕਹਿੰਦੇ ਵੀ ਉਹ ਜਿਹੜੇ ਗੇਟ ਨੇ ਜਿਨ੍ਹਾਂ ਨੇ ਸਾਡੀ ਅਨਵਰਤੀ ਤਾਕਤ ਨੂੰ ਟੱਕਿਆ ਹੋਇਆ ਹੈ ਕਹਿੰਦੇ ਉਹਨਾਂ ਨੂੰ ਪਿੱਛੇ ਸੁੱਟਣਾ ਖੋਲਣਾ ਐਂਡ ਲੈਟ ਦੈਟ ਪਾਵਰ ਤੇ ਉਸ ਪਾਵਰ ਨੂੰ ਉਸ ਤਾਕਤ ਨੂੰ ਲਾਈਕ ਅ ਟੈਰਿਫਿਕ ਸਟ੍ਰੀਮ ਟੈਰਿਫਿਕ ਸਟ੍ਰੀਮ ਇੱਕ ਵੱਡੀ ਧਾਰ ਵਿੱਚ ਆਣ ਦੇਣਾ ਇੱਕ ਵੱਡੇ ਵਹਿਣ ਦੇ ਰੂਪ ਵਿੱਚ ਆਣ ਦੇਣਾ ਕਿਥੇ ਫਲੋ ਇੰਟੂ ਯਰ ਮਾਈਂਡ ਆਪਣੇ ਦਿਮਾਗ ਵਿੱਚ ਮਨ ਵਿੱਚ ਐਂਡ ਪਰਸਨੈਲਿਟੀ ਸ਼ਖਸੀਅਤ ਵਿੱਚ ਜੀ ਆਪਣੀ ਸ਼ਖਸੀਅਤ ਨੂੰ ਨਿਖਾਰਨਾ ਆਪਣੇ ਦਿਮਾਗ ਨੂੰ ਹੋਰ ਤੇਜ਼ ਕਰਨਾ ਆਪਣੇ ਵਿੱਚ ਹੋਰ ਗੁਣ ਹਾਸਿਲ ਕਰਨੇ ਠੀਕ ਹੈ ਨਾ ਸੋ ਕਹਿੰਦੇ ਇਟ ਵਿਲ ਟ੍ਰਾਂਸਫਾਰਮ ਯੂ ਇਨਟੂ ਅ ਪਰਸਨ ਆਫ ਸਟ੍ਰੈਂਥ ਐਂਡ ਇਫੈਕਟਿਵਨੈਸ ਕਹਿੰਦੇ ਇਹ ਜਿਹੜੀ ਚੀਜ਼ ਹੈ ਇਹ ਤੁਹਾਨੂੰ ਟ੍ਰਾਂਸਫਾਰਮ ਕਰ ਦੇਗੀ ਤੁਹਾਨੂੰ ਬਦਲ ਦੇਗੀ ਕਿਹਦੇ ਵਿੱਚ ਅ ਪਰਸਨ ਆਫ ਸਟ੍ਰੈਂਥ ਇੱਕ ਤਾਕਤ ਦੇ ਮੂਜਸਮੇ ਵਿੱਚ ਤੁਸੀਂ ਤੁਹਾਡੀ ਜਬੜੀ ਤਾਕਤ ਆਏਗੀ ਮਾਨਸਿਕ ਸਰੀਰਕ ਆਤਮਿਕ ਐਂਡ ਇਫੈਕਟਿਵਨੈਸ ਐਂਡ ਅਸਰਦਾਰ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਉਹ ਬੜੀ ਅਸਰਦਾਰ ਬਣ ਜਾਏਗੀ ਵੈਲ ਵੈਲ ਏਬਲ ਟੂ ਮੀਟ ਐਂਡ ਮਾਸਟਰ ਆਲ ਸਰਕਮਸਟੈਂਸਸ ਫਿਰ ਤੁਸੀਂ ਇਸ ਗੱਲ ਦੇ ਸਮਰੱਥ ਹੋ ਜਾਓਗੇ ਕਿ ਤੁਸੀਂ ਹਰ ਕਿਸਮ ਦੇ ਹਾਲਾਤ ਨਾਲ ਆਡਾ ਲੈਣਾ ਮੀਟ ਐਂਡ ਮਾਸਟਰ ਉੱਤੇ ਕਾਬੂ ਕਰਨਾ ਉਹਨੂੰ ਨਜਿੱਠਣਾ ਉਹਦੇ ਤੁਸੀਂ ਸਮਰੱਥ ਹੋ ਜਾਓਗੇ ਜਿੱਦਾਂ ਮੈਂ ਤੁਹਾਨੂੰ ਤਿੰਨ ਉਦਾਹਰਣ ਦਿੱਤੇ ਇਹ ਜੇ ਤੁਸੀਂ ਡੰਡ ਕੱਢਦੇ ਹੋ ਵੇਸਟ ਕਰਦੇ ਹੋ ਉਦਾਹਰਣ ਹੈ ਤੇ ਕਿਤੇ ਕੋਈ ਤੁਹਾਨੂੰ ਭਾਰਾ ਭਾਰ ਚੱਕਣਾ ਪੈ ਗਿਆ ਐਮਰਜੈਂਸੀ ਵਿੱਚ ਤੇ ਤੁਸੀਂ ਚੱਕ ਚੱਕਣ ਜੋਗੇ ਹੋ ਜਾਓਗੇ ਤੇ ਜੇ ਤੁਸੀਂ ਐਕਟਿਵ ਹੈਗੇ ਹੋ ਵਰਜਿਸ ਕਰਦੇ ਹੋ ਸੈਰ ਕਰਦੇ ਹੋ ਥੋੜੀ ਦੌੜ ਲਾਂਦੇ ਹੋ ਤੇ ਮੈਨੂੰ ਫਾਇਰ ਬ੍ਰਿਗੇਡ ਦੇ ਕੋਲ ਦੌੜਨਾ ਪੈ ਗਿਆ 250 300 ਗਾਜ ਜਿਆਦਾ ਸੀਗਾ ਤੇ ਮੈਂ ਧੌੜ ਲਿਆ ਠੀਕ ਹੈ ਨਾ ਤੇ ਜੇ ਮੈਂ ਸਵਾਲਾਂ ਦੀ ਪ੍ਰੈਕਟਿਸ ਕਰਦਾ ਰਿਹਾ ਤੇ ਜੇ ਕਦੀ ਨਿਆਣੇ ਨੇ ਪੁੱਛ ਲਿਆ ਕਿ ਇਹ ਸਵਾਲ ਕਿੱਦਾਂ ਆਏਗਾ ਇਹਦਾ ਮਤਲਬ ਕੀ ਹੈਗਾ ਤੇ ਉਹ ਦੱਸ ਦਿੱਤਾ ਕਿਉਂ ਕਿਉਂਕਿ ਉਸ ਚੀਜ਼ ਨੂੰ ਤਿਆਰੀ ਨਾਲ ਦੇ ਨਾਲ ਹੁੰਦੀ ਰਹੀ ਉਹ ਜਿਹੜੀ ਸਮਰੱਥਾਾਂ ਸੀਗੀ ਉਹਨੂੰ ਅਜਾਈ ਨਹੀਂ ਗਵਾਇਆ ਉਹਨੂੰ ਵਧਤੇ ਆ ਗਿਆ ਤੇ ਇਸ ਕਰਕੇ ਫਿਰ ਹਰ ਕਿਸਮ ਦੇ ਹਾਲਾਤ ਲਈ ਉਹਨੂੰ ਨਜਿੱਠਣ ਲਈ ਉਹਨਾਂ ਅੱਖਾਂ ਚਾਰ ਕਰਨੀ ਬੰਦਾ ਹਮੇਸ਼ਾ ਤਿਆਰ ਰਹਿੰਦਾ ਹੈ ਤੁਹ ਕਹਿੰਦੇ ਇੰਪੋਰਟੈਂਟ ਥਿੰਗ ਟੂ ਐਮਫਸਾਈਜ਼ ਐਮਫਸਾਈਜ਼ ਨਾ ਜ਼ੋਰ ਦੇਣਾ ਇੰਪੋਰਟੈਂਟ ਥਿੰਗ ਮਹੱਤਵਪੂਰਨ ਗੱਲ ਕਹਿੰਦੇ ਜਿਹੜੀ ਸਮਝਣ ਵਾਲੀ ਗੱਲ ਹੈ ਵੇ ਇਹਦਾ ਮਤਲਬ ਪੰਜਾਬੀ ਜਿਦਾ ਲਿਖਣਾ ਹੋਵੇ ਕਹਿੰਦੇ ਜਿਹੜੀ ਸਮਝਣ ਵਾਲੀ ਗੱਲ ਇਹ ਵੇ ਤੇ ਇਹਦਾ ਅਖਰੀ ਅਰਥ ਇਦਾਂ ਕਰਾਂਗੇ ਕਿ ਜ਼ੋਰ ਦੇਣ ਵਾਲੀ ਮਹੱਤਵਪੂਰਨ ਗੱਲ ਇਹ ਵੇ ਅਰਥਾਤ ਇਸ ਗੱਲ ਨੂੰ ਜ਼ਿਆਦਾ ਧਿਆਨ ਦੇਣਾ ਹੈ ਕਿਹੜਾ ਇਸ ਦੈਟ ਇਟ ਇਜ਼ ਅ ਸੋਰਸ ਆਫ ਇਨਵਰਟ ਪਾਵਰ ਬਾਏ ਵਿਚ ਵੀਕ ਪਰਸਨੈਲिटीज ਕੈਨ ਬੀ ਕਮ ਸਟਰੋਂਗ ਕਹਿੰਦੇ ਉਹ ਜਿਹੜੀ ਪਾਵਰ ਹੈ ਉਹ ਕਿਤੇ ਮੌਲ ਤੋਂ ਨਹੀਂ ਮਿਲਣੀ ਕਿਤੇ ਆਨਲਾਈਨ ਸ਼ਾਪਿੰਗ ਤੋਂ ਨਹੀਂ ਮਿਲਣੀ ਕਿਤੇ ਹੱਟੀ ਤੋਂ ਨਹੀਂ ਮਿਲਣੀ ਕਰਿਆਨੇ ਤੋਂ ਨਹੀਂ ਮਿਲਣੀ ਕੋਈ ਜਾਦੂ ਨਹੀਂ ਹੈਗਾ ਕਹਿੰਦੇ ਉਹ ਪਾਵਰ ਤੁਹਾਡੇ ਅੰਦਰ ਹੀ ਹੈ ਕਦ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਕਹਿੰਦੇ ਜੋ ਅੰਮ੍ਰਿਤ ਹੈ ਅਕਾਲ ਪੁਰਖ ਨੇ ਪ੍ਰਮਾਤਮਾ ਨੇ ਜੋ ਤਾਕਤ ਦਿੱਤੀ ਹੈ ਤੁਹਾਡੇ ਅੰਦਰ ਹੀ ਹੈਗੀ ਉਹ ਆਤਮਿਕ ਸ਼ਕਤੀ ਹੈਗੀ ਹੈ ਇਨਵਰਡ ਪਾਵਰ ਉਹ ਤਾਕਤ ਅੰਦਰ ਹੀ ਲੱਭਣੀ ਹੈ ਮਨ ਹੀ ਤੇ ਮਨ ਮੰਨਿਆ ਮਤਲਬ ਕਿ ਮਨ ਨੂੰ ਜਦ ਤੱਕ ਤੁਸੀਂ ਆਪਣੇ ਨੀਜਿਤ ਦੇ ਮਨ ਨੂੰ ਕਾਬੂ ਵਿੱਚ ਨਹੀਂ ਕਰਦੇ ਪੂਰੀ ਤਾਕਤ ਉਜਾਗਰ ਨਹੀਂ ਹੋਏਗੀ ਸੋ ਇਹ ਅੰਦਰੋਂ ਹੀ ਪੈਦਾ ਹੁੰਨੀ ਹੈ ਬਾਈ ਵਿੱਚ 20% ਪਰਸਨੈਲਿਟੀਆਂ ਤੇ ਕਹਿੰਦੇ ਇਸ ਤਾਕਤ ਦੇ ਰਾਹੀਂ ਜਿਹੜੀਆਂ ਕਮਜ਼ੋਰ ਸ਼ਖਸੀਤਾਂ ਨੇ ਉਹ ਬਿਕਮ ਸਟਰੋਂਗ ਉਹ ਤਾਕਤਵਰ ਬਣ ਸਕਦੀਆਂ ਨੇ ਡਿਵਾਈਡਿਡ ਪਰਸਨੈਲਿਟੀਆਂ ਕੈਨ ਬਿਕਮ ਯੂਨੀਫਾਈਡ ਜਿਹੜੀਆਂ ਖੰਡੀਆਂ ਹੋਈਆਂ ਨੇ ਦੇ ਧਿਆਨ ਨੇ ਕਿ ਜਿਹੜਾ ਇੱਕੋ ਤੱਕੀ ਚ ਰਹਿੰਦਾ ਹੁੰਦਾ ਦੁਬਿਧਾ ਚ ਰਹਿੰਦਾ ਹੈ ਉਹ ਇੱਕਮਿਕ ਹੋ ਸਕਦਾ ਹੈ ਯੂਨੀਫਾਈਡ ਹੋ ਸਕਦਾ ਹੈ ਜਿਹੜਾ ਬੰਦਾ ਕਦੀ ਹੈ ਕਦੀ ਉਹ ਕਰੇ ਡਿੱਗੇ ਡੋਲੇ ਖਾਂਦਾ ਰਹਿੰਦਾ ਡਾਵਾ ਡੋਲ ਜਿਦਾਂ ਪਗਤ ਕੀਰ ਜਿਗਾ ਡਗਮਗ ਛਾੜ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿੱਧ ਪਈ ਐ ਲੀਨੋ ਹਾਰ ਸੰਦੋਰਾ ਸੋ ਜਿਹੜੇ ਡਿੱਗੇ ਡੋਲੇ ਬੰਦੇ ਹਰ ਵੇਲੇ ਖਾਂਦੇ ਰਹਿੰਦੇ ਨੇ ਯੱਕੋ ਤੱਕ ਹੀ ਚੱਲਦੇ ਨੇ ਕੋਈ ਫੈਸਲਾ ਨਹੀਂ ਕਰ ਸਕਦੇ ਉਸ ਦੁਬਿਧਾ ਤੋਂ ਵੀ ਬਚਿਆ ਜਾ ਸਕਦਾ ਇਸ ਇਨਵਰਟ ਇਨਵਰਟ ਪਾਵਰ ਦੀ ਤਾਕਤ ਦੇ ਰਾਹੀਂ ਹਰਟ ਮਾਈਂਡਸ ਕੈਨ ਬੀ ਹੀਲਡ ਤੇ ਜੇ ਮਨਾਂ ਦੇ ਵਿੱਚ ਕੋਈ ਉਲੰਘਣੇ ਨੇ ਕੋਈ ਜ਼ਖਮ ਨੇ ਕਹਿੰਦੇ ਉਹਨਾਂ ਦੇ ਮਲਮ ਵੀ ਲੱਗ ਜਾਏਗੀ ਦੁਖ ਭੰਜਨ ਤੇਰਾ ਨਾਮ ਜੀ ਗੁਰਬਾਣੀ ਕਹਿੰਦੀ ਹੈ ਨਾ ਸੋ ਐਂਡ ਦੀ ਸੀਕ੍ਰੀਟ ਆਫ ਪੀਸ ਸ਼ਾਂਤੀ ਵਾਇਸ ਮਨੇ ਸਮਾਪਨ ਬੈਲੈਂਸ ਅਟੇਂਡ ਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਉਹ ਸ਼ਾਂਤੀ ਤੇ ਸੁਖ ਹੈਗਾ ਜੋ ਆਨੰਦ ਹੈ ਉਹਦਾ ਜਿਹੜਾ ਬੰਦਾ ਅਟੇਨ ਕਰਨਾ ਚਾਹੁੰਦਾ ਹੈ ਪ੍ਰਾਪਤ ਕਰਨਾ ਚਾਹੁੰਦਾ ਹੈ ਉਹਦਾ ਭੇਤ ਵੀ ਮਿਲ ਜਾਂਦਾ ਹੈ ਸੋ ਇਹ ਜਿਹੜੀ ਚੀਜ਼ ਹੈ ਐਡੀ ਪਾਵਰ ਹੈ ਅੰਦਰੋਂ ਹੀ ਮਿਲਣੀ ਹੈ ਅਰਥਾਤ ਮੈਨੂੰ ਯਾਦ ਹੈ ਸਾਡੇ ਮੰਮੀ ਵੀ ਕਹਿੰਦੇ ਹੁੰਦੇ ਸੀਗੇ ਜਦੋਂ ਛੋਟਾ ਸੀਗਾ ਨਾ ਤੇ ਮੇਰੇ ਮਾਤਾ ਜੀ ਨੇ ਕਿਹਾ ਵਾਰੋ ਗਵਾਂਢ ਨਾਲ ਗੱਲ ਕਰਨੀ ਤੇ ਗੱਲ ਜਿਹੜੇ ਲੰਬੀ ਹੋ ਜਾਣੀ ਨਾ ਫਿਰ ਹਲਕਾ ਜਿਹਾ ਉਹਨੇ ਮੌਕਾ ਦੇਣਾ ਚੱਲ ਮਨਾ ਉੱਠ ਬੜੇ ਕੰਮ ਆ ਗਏ ਨੇ ਤੇ ਮੈਂ ਕਿਹਾ ਮੰਮੀ ਮਨਾ ਮਨਾ ਜੀ ਕਰ ਦਿੰਦੇ ਨੇ ਫਿਰ ਜਿਹੜੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਮਨ ਮੇਰਾ ਇਹ ਮਨ ਪਿਆਰਿਆ ਹਨਾ ਮਲੀ ਗੁਰਬਾਣੀ ਵਿੱਚ ਕਹਿੰਦੇ ਸਾਰੀ ਖੇਡ ਤੇ ਮਨ ਦੀ ਹੈਗੀ ਹੈ ਉਹ ਕਹਿੰਦੇ ਮਨ ਹਰਾਮੀ ਹੋ ਜੇ ਤਾਂ ਢੇਰ ਜੇ ਮਨ ਹਰਾਮੀ ਹੈ ਫਿਰ ਇਹ ਬਹਾਨੇ ਢੇਰੋ ਢੇਰ ਆ ਗਏ ਨੇ ਤੇ ਜੇ ਮਨ ਨੇ ਕਿਹਾ ਕਿ ਮੈਂ ਆਲਸ ਨਹੀਂ ਕਰਨਾ ਮੰਨਨੇ ਕਿ ਮੈਂ ਉੱਠਣਾ ਹੈ ਮੰਨਨੇ ਕਿ ਮੈਂ ਪੜ੍ਹਨਾ ਹੈ ਮੰਨਨੇ ਕਿ ਮੇਰਾ ਇਹ ਫਰਜ਼ ਹੈ ਮੰਨਨੇ ਕਿ ਮੈਂ ਪਸੀਨੇ ਤੋਂ ਨਹੀਂ ਕਬਰਾਨਾ ਮੰਨਨੇ ਕਿ ਮੈਂ ਰਿਸਕ ਲੈਣ ਤੋਂ ਨਹੀਂ ਕਬਰਾਨਾ ਤੇ ਫਿਰ ਸਾਰੀ ਗੱਲ ਠੀਕ ਹੈ ਕਿ ਕਹਿੰਦੇ ਮੰਨ ਕੇ ਹਾਰੇ ਹਾਰ ਹੈ ਮੰਨ ਕੇ ਜੀਤੇ ਜੀਤ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਲੈਸਨ ਦਾ ਪਾਰਟ ਪਹਿਲਾ ਸੋ ਅਗਲੇ ਵੀਡੀਓ ਵਿੱਚ ਅਸੀਂ ਪਾਰਟ 2 ਕਰਕੇ ਇਸ ਲੈਸਨ ਨੂੰ ਖਤਮ ਕਰ ਦਾਂਗੇ ਸੋ ਮੈਂ ਆਸ ਕਰਦਾ ਹਾਂ ਲੈਸਨ ਥੋੜਾ ਮੈਂ ਵਿਸਥਾਰ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋ ਪਾਗਾਂ ਚ ਕੀਤਾ ਕਿਉਂਕਿ ਇਹ ਵਿੱਚ ਬੜੇ ਔਖੇ ਸ਼ਬਦ ਸੀਗੇ ਤੇ ਮੈਂ ਦੇਖਿਆ ਸੈਂਟੈਂਸ ਬੜੇ ਵੱਡੇ ਸੀ ਹੁਣ ਦੇਖੋ ਇੱਥੋਂ ਦੀ ਸੈਂਟੈਂਸ ਸ਼ੁਰੂ ਹੈ ਬੜਾ ਇਹ ਪੂਰਾ ਇੱਕੋ ਸੈਂਟੈਂਸ ਹੈ ਦੇਖੋ ਧਿਆਨ ਨਾਲ ਤਾਂ ਮੈਂ ਬੱਚਿਓ ਇਨਾ ਟਾਈਮ ਲਾਇਆ ਕਿਉਂਕਿ ਇਹ ਇਹਨੂੰ ਪੜਨਾ ਸਮਝਣਾ ਥੋੜਾ ਔਖਾ ਹੋ ਜਾਂਦਾ ਜਿਹੜੇ ਕੇਵਲ 9ਵੀਂ 10ਵੀਂ ਦੇ ਬੱਚੇ ਹੁੰਦੇ ਨਹੀਂ ਪਤਾ ਲੱਗਦਾ ਦੇਖੋ ਇੱਥੇ ਆ ਕੇ ਸੈਂਟੈਂਸ ਆਇਆ ਇੱਥੇ ਫਿਰ ਇਹਨੇ ਕੀ ਕੀਤਾ ਇੱਥੇ ਸੈਮੀ ਕੋਲਨ ਆ ਗਿਆ ਫਿਰ ਇੱਥੇ ਸੈਮੀ ਕੋਲਨ ਆ ਗਿਆ ਫਿਰ ਇੱਥੇ ਸੈਮੀ ਕੋਲਨ ਆ ਗਿਆ ਤੇ ਇੱਥੇ ਆ ਕੇ ਖਤਮ ਹੋਇਆ ਕਿੰਨਾ ਵੱਡਾ ਸੈਂਟੈਂਸ ਹੈਗਾ ਸੋ ਇਨ ਕੰਪਰੀਹੈਂਡ ਕਰਨਾ ਸਮਝਣਾ ਕੇਵਰ ਔਖਾ ਹੋ ਜਾਂਦਾ ਹੈ ਇਹ ਚ ਬੜੇ ਸਾਰੇ ਔਖੇ ਸ਼ਬਦ ਵੀ ਸਿੱਗੇ ਜਿਵੇਂ ਡਿਸਿਪੇਟਿਡ ਓਬਲੀਵੀਅਸ ਤੇ ਇਹ ਸ਼ਬਦ ਬੱਚਿਆਂ ਨੇ ਕੇਵਰ ਵਿਦਿਆਰਥੀਆਂ ਨੇ ਪਹਿਲਾਂ ਨਹੀਂ ਸੁਨੇ ਹੁੰਦੇ ਸੋ ਬੱਚਿਓ ਇਸ ਲੈਸਨ ਨੂੰ ਤੁਸੀਂ ਬਾਰ-ਬਾਰ ਪੜਿਓ ਤੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਵੀ ਦਿੱਤਾ ਹੈ ਇਹਨੂੰ ਸਮਝਾ ਵੀ ਦਿੱਤਾ ਹੈ ਤੇ ਇਹਨੂੰ ਯਾਦਨਾ ਪੜਨਾ ਕੁਐਸਚਨ ਆਨਸਰ ਅਸੀਂ ਪਹਿਲੇ ਕਰ ਚੁੱਕੇ ਹਾਂ ਸੋ ਇਸੇ ਤਰ੍ਹਾਂ ਤੁਸੀਂ ਮੰਨ ਲਾ ਕੇ ਨਿਰੰਤਰਤਾ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਵਿੱਚ ਅਸੀਂ ਇਸ ਲੈਸਨ ਦਾ ਦੂਜਾ ਪਾਰ ਤੁਹਾਡੇ ਲਈ ਲੈ ਕੇ ਆਵਾਂਗੇ ਤਦ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ